ਆਵਾਜ਼ੇ ਕੌਮ ਦੇ ਦਰਸ਼ਕੋ, ਹਾਂਜੀ ਆਵਾਜ਼ੇ ਕੌਮ ਦੇ ਦਰਸ਼ਕੋ, ਅੱਜ ਅਸੀਂ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਅਤੇ ਜਿਵੇਂ ਕੱਲ੍ਹ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਸ਼ਿਵ ਸੈਨਾ ਦੇ ਆਗੂ ਸੁਧੀਰ ਕੁਮਾਰ ਸੂਰੀ ਨਾਲ, ਅਤੇ ਅੱਜ ਜਿਹੜਾ ਸਾਡਾ ਸੰਪਰਕ ਆ, ਸਾਡੀ ਗੱਲਬਾਤ, ਜਿਹੜੇ ਸਾਡੇ ਨਾਲ ਲਾਈਨ 'ਤੇ ਵੀ ਹਾਜ਼ਰ ਆ ਨਿਸ਼ਾਂਤ ਸ਼ਰਮਾ, ਇਹ ਵੀ ਇੱਕ ਉਹ ਆਗੂ ਆ ਜਿਹੜੇ ਸ਼ਿਵ ਸੈਨਾ ਹਿੰਦ ਕੌਮੀ ਪ੍ਰਧਾਨ ਆ ਉਹਦੇ, ਪਰ ਇਹਨਾਂ ਦਾ ਵਿਵਾਦਾਂ ਦੇ ਵਿੱਚ ਰਹਿਣਾ ਜਾਂ ਵਿਵਾਦ ਇਹਨਾਂ ਦੇ ਨਾਲ ਰਹਿੰਦੇ ਆ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਬਹੁਤ ਸਿੱਖਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਇਹਨਾਂ ਦੀਆਂ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਇਹ ਆਪ ਕੀ ਕਰਦੇ ਆ, ਕਿਉਂ ਇੱਦਾਂ ਦੇ ਵਿਵਾਦ ਛੇੜਦੇ ਆ, ਜਾਂ ਵਿਵਾਦ ਇਹਨਾਂ ਦੇ ਨਾਲ ਜੁੜ ਜਾਂਦੇ ਜਾਂ ਇਹ ਵਿਵਾਦਾਂ ਦੇ ਨਾਲ ਜੁੜ ਜਾਂਦੇ ਆ, ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਹਾਂ ਆਵਾਜ਼ ਕੌਮ ਦੇ ਸਟੂਡੀਓ 'ਚ ਸ਼ਰਮਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੈ ਸ਼੍ਰੀ ਰਾਮ, ਜੈ ਮਹਾਕਾਲੀ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸ਼ਰਮਾ ਜੀ, ਜਿੱਦਾਂ ਥੋੜਾ ਜਿਹਾ ਮੈਂ ਜਾਣਨਾ ਚਾਹੁੰਦਾ, ਤੁਸੀਂ ਕੌਮੀ ਪ੍ਰਧਾਨ ਆ, ਕੋਈ ਨੀ ਤੁਸੀਂ ਸ਼ਕਲ ਦਾ ਨਾ ਦੇਖੋ, ਉਹ ਚੈਨਲ ਤੇ ਆ ਰਹੀ ਆ, ਬਾਅਦ ਦੇ ਵਿੱਚ ਦੇਖ ਲਿਓ, ਆਵਾਜ਼ ਆ ਰਹੀ ਆ ਸਹੀ? ਹਾਂਜੀ, ਤੁਸੀਂ ਉਹਦੇ ਨਾਲ ਜਿਹੜਾ ਮੈਂ ਸਵਾਲ ਪੁੱਛਦਾ ਉਹ ਰੱਖੋ, ਕਿਉਂਕਿ ਜਿਹੜਾ ਲਾਈਵ ਆ ਉਹ ਸਾਰਾ ਕੁਝ ਸਹੀ ਜਾ ਰਿਹਾ, ਉੱਤੇ ਤੁਹਾਨੂੰ ਲਿੰਕ ਭੇਜ ਦਿੰਦੇ, ਕੋਈ ਪ੍ਰੋਬਲਮ ਨਹੀਂ ਗੀ। ਆਪਾਂ ਜਿਹੜੀ ਗੱਲਬਾਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਸੀਂ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਆ ਹਿੰਦ ਦੇ, ਤੁਹਾਡਾ ਕੀ ਕੰਮ ਕਰ ਰਿਹਾ, ਕਿੱਦਾਂ ਤੁਸੀਂ ਇਸ ਪਾਸੇ ਵੱਲ ਆਇਆ, ਕੀ ਆ ਤੁਹਾਡੀ ਜਿਹੜੀ ਸ਼ਿਵ ਸੈਨਾ ਹਿੰਦ ਆ ਉਹ ਕੀ ਕਰਦੀ ਆ? ਮੇਰਾ ਕੰਮ ਕਾਰ ਪੁੱਛ ਰਹੇ ਹੋ, ਸ਼ਿਵ ਸੈਨਾ ਹਿੰਦ ਦਾ ਕੰਮ ਕਾਰ ਪੁੱਛ ਰਹੇ ਹੋ? ਸ਼ਿਵ ਸੈਨਾ ਹਿੰਦ ਦਾ, ਸ਼ਿਵ ਸੈਨਾ ਹਿੰਦ ਸਨਾਤਨ ਧਰਮ ਲਈ ਕੰਮ ਕਰਦੀ ਆ, ਗਊ ਰੱਖਿਆ ਲਈ ਕੰਮ ਕਰਦੀ ਆ, ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ਼ ਕੰਮ ਕਰਦੀ ਆ, ਜਿਹੜੇ ਲੋਕ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਤੋੜਨ ਦੀ ਗੱਲ ਕਰਦੇ ਆ, ਉਹਨਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੀ ਆ, ਇਸ ਵੇਲੇ 60 ਸ਼ਹਿਰਾਂ ਦੇ 12 ਰਾਜਾਂ ਦੇ ਵਿੱਚ ਕੰਮ ਕਰਦੀ ਆ। ਅੱਛਾ, ਇਹ ਇਹ ਸਿਰਫ ਇਹ ਕੰਮ ਆ ਜਾਂ ਹੋਰ ਕੋਈ ਭਲਾਈ ਦਾ ਕੰਮ ਵੀ ਕਰਦੇ ਆ? ਭਲਾਈ ਦੇ ਕੰਮ ਵੀ ਕਰੀਦੇ ਆ ਜੀ। ਕੀ ਕਰਦੇ ਭਲਾਈ ਦੇ ਕੰਮ ਤੁਸੀਂ? ਭਲਾਈ ਦੇ ਕੰਮ ਬੇਸਿਕਲੀ ਦੱਸੇ ਨਹੀਂ ਜਾਂਦੇ, ਹਾਂ ਤੁਹਾਨੂੰ ਦੱਸ ਦਿੰਨਾ। ਦੱਸੋ, ਹਰ ਮਹੀਨੇ ਸਾਡੇ ਸ਼ਹਿਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਹਾਂਜੀ, ਵਿਧਵਾਵਾਂ ਨੂੰ ਰਾਸ਼ਨ ਦੇਣ ਦਾ ਪ੍ਰੋਗਰਾਮ ਚੱਲਦਾ ਸਾਡਾ ਜੀ। ਠੀਕ, ਨੰਬਰ 1। ਨੰਬਰ 2 ਤੇ ਲਵਾਰਸ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਕਰਦੇ ਆ ਜੀ। ਠੀਕ। ਨੰਬਰ 3 ਤੇ ਜਿਹੜਾ ਗਊ ਤੁਹਾਨੂੰ ਬੁੱਚੜਖਾਨਿਆਂ ਲਈ ਕੱਟਣ ਲਈ ਜਾਂਦਾ ਹੈ, ਉਹਨੂੰ ਸਾਡੇ ਸੰਗਠਨ ਵੱਲੋਂ ਰਾਤਾਂ ਨੂੰ ਜਾ ਕੇ ਫੜਿਆ ਜਾਂਦਾ ਹੈ। ਅੱਛਾ, ਤੇ ਜਿਹੜੇ ਜਿਹੜੇ ਸਿੱਖ ਆ ਨਾ, ਸਿੱਖਾਂ ਦੇ ਨਾਲ ਜਿੱਦਾਂ ਜਿਹੜੇ ਦੇਸ਼ ਦੇ, ਉਹ ਵੀ ਜਿੱਦਾਂ ਦੇ ਤੁਸੀਂ ਵਸਨੀਕ ਆ, ਜਿੱਦਾਂ ਦੇ ਬਾਕੀ ਮੁਸਲਮਾਨ ਆ, ਸਿੱਖ ਆ, ਉਹ ਵੀ ਇਸ ਦੇਸ਼ ਦੇ ਵਿੱਚ ਰਹਿੰਦੇ ਆ, ਲੇਕਿਨ ਤੁਹਾਡੀ ਲੇਕਿਨ ਸਿੱਖਾਂ ਦੇ ਵਿੱਚ ਬਹੁਤ ਬਹੁਤ ਆਦ ਸਿੱਖ ਜਿਹੜੇ ਆ, ਤੁਹਾਨੂੰ ਇਹ ਸਮਝਦੇ ਆ ਕਿ ਤੁਸੀਂ ਸਿੱਖਾਂ ਦੇ ਵਿਰੋਧੀ ਆ, ਤੁਸੀਂ ਉਹ ਕੰਮ ਪੁੱਠੇ ਪੁੱਠੇ ਕੰਮ ਕਰਦੇ ਆ ਜਿਹਦੇ ਨਾਲ ਸਿੱਖਾਂ ਦੇ ਹਿਰ ਦੇ ਬਲੁੰਦਰੇ ਜਾਂਦੇ ਆ। ਗੱਲ ਇਹ ਆ, ਉਹੀ ਸੂਰੀ ਸਾਹਿਬ ਵਾਲੀ ਗੱਲ ਆ ਜਾਂਦੀ 2% ਵਾਲੀ। ਹਾਂ, ਸਿੱਖ ਮੇਰੇ ਭਰਾ ਨੇ, ਪਹਿਲੀ ਗੱਲ। ਅੱਛਾ, ਮੇਰੇ ਖੁਦ ਦੇ ਸੰਗਠਨ ਦੇ ਵਿੱਚ, ਹਾਂ, ਸਰਦਾਰ ਹਰਕੀਰਤ ਸਿੰਘ ਖੁਰਾਨਾ ਸਾਡੇ ਕੌਮੀ ਪ੍ਰਵਕਤਾ ਨੇ। ਅੱਛਾ, ਸਰਦਾਰ ਕੀਰਤ ਸਿੰਘ ਮੋਹਾਲੀ ਸਾਡੇ ਕੌਮੀ ਯੂਥ ਵਿੰਗ ਦੇ ਪ੍ਰਵਕਤਾ ਨੇ। ਹਾਂਜੀ, ਰਜਿੰਦਰ ਸਿੰਘ ਧਾਰੀਵਾਲ ਸਾਡੇ ਦਫ਼ਤਰ ਦੇ ਇੰਚਾਰਜ ਨੇ। ਹਾਂਜੀ, ਸਿੱਖ ਸਾਡੇ ਸਿੱਖਾਂ ਦੇ ਹਿੰਦੂਆਂ ਨਾਲ ਸਾਡਾ ਮਾਸਰੋਂ ਦਾ ਰਿਸ਼ਤਾ ਆ। ਠੀਕ, ਇਹ ਸਿਰਫ ਔਰ ਸਿੱਖ ਜਿਹੜੇ ਲੋਕ ISI ਦੇ ਟੁਕੜਿਆਂ ਦੇ ਪਲਦੇ ਆ, ਉਹਨਾਂ ਦੀ ਵਿਚਾਰਧਾਰਾ ਏਦਾਂ ਦੀ ਆ। ਮੇਰੀ ਕੋਈ ਵੀ ਆਡੀਓ, ਕੋਈ ਵੀ ਵੀਡੀਓ, ਕੋਈ ਵੀ ਪ੍ਰੈਸ ਨੋਟ, ਕੋਈ ਪ੍ਰੈਸ ਦੀ ਅਖਬਾਰ ਦੀ ਖਬਰ, ਕੋਈ ਮੇਰਾ ਮੈਸੇਜ ਦਿਖਾ ਦਿਓ ਜਿਹੜਾ ਸਿੱਖ ਧਰਮ ਦੇ ਖਿਲਾਫ਼ ਹੋਵੇ। ਜਿੰਨੀ ਮੇਰੀ ਆਸ ਆ ਸ਼੍ਰੀ ਮੱਧ ਭਗਵਤ ਗੀਤਾ ਦੇ ਵਿੱਚ ਆ, ਉੱਨੀ ਸ਼੍ਰੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਅੱਛਾ, ਇਹ ਜਿੱਦਾਂ ਤੁਸੀਂ ਥੋੜੀ ਜਿਹੀ ਜਿੱਦਾਂ ਆਪਾਂ ਇਹ ਗੱਲ ਕਰ ਲੈਂਦੇ, ਜਿਹੜਾ ਹੁਣ ਦੇਸ਼ ਆ,
ਇਹਨੂੰ ਤੁਸੀਂ ਕਿਸ ਨਾਂ ਦੇ ਨਾਲ, ਜਿੱਥੇ ਸਿੱਖ ਵੀ ਰਹਿੰਦੇ ਆ, ਤੁਸੀਂ ਵੀ ਰਹਿੰਦੇ ਆ, ਸਾਰੇ ਰਹਿੰਦੇ ਆ, ਅਸੀਂ ਵੀ ਇੱਥੋਂ ਹੀ ਗਏ ਆ ਪੰਜਾਬ ਚੋਂ ਹੀ, ਇਹ ਦੇਸ਼ ਦਾ ਨਾਂ ਕੀ ਆ? ਹਿੰਦੁਸਤਾਨ ਵੀ ਕਹਿ ਦਿੰਦੇ ਆ, ਭਾਰਤ ਵੀ ਕਹਿ ਦਿੰਦੇ ਆ, ਇੰਡੀਆ ਵੀ ਕਹਿ ਦਿੰਦੇ ਆ। ਹੁਣ ਇੱਥੋਂ ਹੀ ਸਵਾਲ ਪੈਦਾ ਹੁੰਦਾ, ਤੁਸੀਂ ਕਿਹਾ ਵੀ ਹਿੰਦੁਸਤਾਨ ਵੀ ਕਹਿ ਦਿੰਦੇ ਆ, ਭਾਰਤ ਵੀ ਕਹਿ ਦਿੰਦੇ ਆ, ਕਿਤੇ ਵੀ ਸੰਵਿਧਾਨ, ਹਾਂ ਇੰਡੀਆ ਵੀ ਕਹਿ ਦਿੰਦੇ ਆ, ਸੰਵਿਧਾਨ ਦੇ ਵਿੱਚ ਕੀ ਲਿਖਿਆ? ਹਿੰਦੁਸਤਾਨ ਭਾਰਤ। ਇਹ ਪ੍ਰੂਵ ਕਰ ਸਕਦੇ ਤੁਸੀਂ ਹਿੰਦੁਸਤਾਨ ਲਿਖਿਆ? ਬਿਲਕੁਲ ਕਰ ਸਕਦਾ ਜੀ। ਹਾਂ ਇਹ ਜ਼ਰੂਰ ਕਰਿਓ। ਮੈਂ ਮੇਰਾ ਸਵਾਲ ਇਹ ਆ ਵੀ ਜੇ ਤੁਸੀਂ ਹਿੰਦੁਸਤਾਨ ਕਹਿ ਸਕਦੇ ਆ, ਤੇ ਜੇ ਕੋਈ ਖਾਲਿਸਤਾਨ ਕਹਿੰਦਾ ਉਹਦਾ ਆਪਾਂ ਨੂੰ ਦਰਦ ਕਿਉਂ ਹੁੰਦਾ? ਕੱਲ ਨੂੰ ਕੋਈ ਪਾਕਿਸਤਾਨ ਕਹਿਣ ਲੱਗ ਜੂਗਾ ਜੀ। ਨਹੀਂ ਜੇ ਤੁਸੀਂ ਹਿੰਦੁਸਤਾਨ ਕਹਿ ਸਕਦੇ ਆ, ਭਾਰਤ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਹਿੰਦੁਸਤਾਨ, ਜੇ ਹਿੰਦੂ ਹਿੰਦੁਸਤਾਨ ਕਹਿ ਸਕਦਾ ਤੇ ਸਿੱਖ ਖਾਲਿਸਤਾਨ ਕਿਉਂ ਨਹੀਂ ਕਹਿ ਸਕਦਾ? ਜਦੋਂ ਨਹੀਂ, ਜੇ ਹੁਣ ਕੋਈ ਵਿਚਾਰ ਦਿੰਦਾ ਕਿਉਂ ਨਹੀਂ ਦੇ ਸਕਦਾ? ਮੇਰਾ ਸਵਾਲ ਆ ਤੁਹਾਨੂੰ, ਕਦੇ ਨਹੀਂ ਕਹਿ ਸਕਦਾ। ਮੇਰਾ ਜਵਾਬ ਆ ਤੁਹਾਨੂੰ ਕਿ ਇਹਦਾ ਕੁਝ ਕੀਤਾ, ਐਰਾ ਗੇਰਾ ਲੱਠੂ ਗੇਰਾ ਆ ਕੇ ਕਹਿਣ ਲੱਗ ਜੂਗਾ ਜੀ, ਆ ਖਾਲਿਸਤਾਨ ਆਸਾਮ ਵਾਲੇ ਕਹਿਣਗੇ ਬੋਡੋਸਤਾਨ ਆ ਸਾਡਾ, ਕਸ਼ਮੀਰ ਵਾਲੇ ਕਹਿਣਗੇ ਸਾਡਾ ਕਸ਼ਮੀਰ ਅਲੱਗ ਆ, ਇਹਦਾ ਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ। ਨਹੀਂ ਜਿਹੜਾ ਸੰਵਿਧਾਨ ਹੈ, ਤੁਸੀਂ ਸੰਵਿਧਾਨ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਨੂੰ ਤੁਸੀਂ ਮੰਨਦੇ ਆ ਕਿ ਨਹੀਂ ਮੰਨਦੇ? ਬਿਲਕੁਲ ਮੰਨਦਾ ਜੀ। ਭਾਰਤ ਦੀ ਜਿਹੜੀ ਆ ਸੁਪਰੀਮ ਕੋਰਟ ਆ, ਉਹਨਾਂ ਨੇ ਇਹ ਕੀਤਾ ਵੀ ਜੇ ਕੋਈ ਆਪਣੇ ਵਿਚਾਰਾਂ ਨਾਲ ਖਾਲਿਸਤਾਨ ਦੀ ਗੱਲ ਕਰਦਾ ਜਾਂ ਖਾਲਿਸਤਾਨ ਕਹਿੰਦਾ, ਸਿਮਰਨਜੀਤ ਸਿੰਘ ਮਾਨ ਇੱਥੇ ਜਿਹੜੀ ਉਹਨਾਂ ਦੀ ਸੰਸਥਾ ਆ ਉਹ ਸ਼ਰੇਆਮ ਇਹ ਗੱਲ ਕਰਦੇ ਆ, ਉਹਨਾਂ ਨੇ ਸੁਪਰੀਮ ਕੋਰਟ ਤੋਂ ਇਹ ਅਥਾਰਿਟੀ ਲਈ ਆ, ਲੈ ਕੇ ਲਿਆ। ਹਾਂ ਉਹ ਪਬਲਿਸ਼ ਕਰ ਚੁੱਕਿਆ ਬਹੁਤ ਸਾਰੀ ਸਾਰੇ ਡਰਾਮੇ ਆ, ਕੁਛ ਕੋਈ ਪਬਲਿਸ਼ ਨਹੀਂ ਹੈਗੀ ਇਦਾਂ ਦੀ ਗੱਲ। ਮੈਂ ਚਲੋ ਮੰਨ ਲਓ ਜੇ ਨਹੀਂ ਵੀ ਹੈ, ਪਰ ਜੇ ਕੋਈ ਬੋਲ ਕੇ ਕਹਿੰਦਾ ਤੇ ਆਪਾਂ ਨੂੰ ਉਹਦਾ ਇਤਰਾਜ਼ ਕੀ ਆ? ਜੇ ਤੁਸੀਂ ਹਿੰਦੁਸਤਾਨ ਤੁਹਾਨੂੰ ਬਰਦਾਸ਼ਤ ਨਹੀਂ ਹੁੰਦਾ ਨਹੀਂ ਕਹਿੰਦੇ ਹਿੰਦੁਸਤਾਨ ਕਿਉਂ ਕਹਿੰਦੇ ਤੁਸੀਂ? ਭਾਰਤ ਵੀ ਕਹਿੰਦੇ ਆ, ਅਸੀਂ ਭਾਰਤ ਵੀ ਕਹਿੰਦੇ ਆ, ਭਾਰਤ ਕਹਿਣਾ ਕਿਹੜਾ ਨੁਕਸਾਨ ਆ? ਹਾਂ ਨਹੀਂ, ਬਹੁਤ ਲੋਕਾਂ ਨੂੰ ਇਤਰਾਜ਼ ਆ ਵੀ ਜੇ ਹਿੰਦੂ ਹਿੰਦੁਸਤਾਨ ਕਹਿ ਸਕਦਾ ਤੇ ਅਸੀਂ ਵੀ ਖਾਲਿਸਤਾਨ ਕਹਿ ਸਕਦੇ ਹਾਂ। ਉਹ ਮੰਦ ਬੁੱਧੀ ਲੋਕ ਨੇ ਜੀ, ਜਿਹੜੇ ਉਹੀ 2% ਪਾਗਲ ਲੋਕ ਨੇ, ISI ਦੇ ਟੁਕੜੇ ਦੇ ਪਾਲਣ ਵਾਲੇ ਲੋਕ ਨੇ। ਤੁਸੀਂ ਦੇਖੋ, ਤੁਸੀਂ ਪਸੰਦ ਨਹੀਂ ਕਰਦਾ ਜੇ ਜਿਹੜੇ ਬਾਹਰ ਸਿੱਖ ਆ, ਮੰਨ ਲਓ ਹੁਣ ਸਾਨੂੰ 40-40 ਸਾਲ ਹੋ ਗਏ ਵਿਦੇਸ਼ਾਂ ਦੇ ਵਿੱਚ ਬੈਠਿਆਂ ਨੂੰ, ਬਾਹਰ ਸਿੱਖ ਗਏ ਆ, ਉਹ ਪੰਜਾਬ ਦੇ ਨਾਲ ਅੱਜ ਵੀ ਓਨਾ ਹੀ ਪਿਆਰ ਰੱਖਦੇ ਆ, ਦੇਸ਼ ਦੇ ਨਾਲ ਓਨਾ ਹੀ ਪਿਆਰ ਰੱਖਦੇ ਆ, ਜੇ ਅਸੀਂ ਉਹਨਾਂ ਨੂੰ ਓਦਾਂ ਹੀ ਕਰਦੇ ਨਹੀਂ, ਜੇ ਅਸੀਂ ਓਦਾਂ ਹੀ ਗੱਲ ਜਿੱਦਾਂ ਮੀਡੀਆ 'ਚ ਆਪਣੇ ਆਪ ਨੂੰ ਜਾਂ ਪਬਲਿਸਿਟੀ ਲੈਣ ਨੂੰ ਜਾਂ ਸਿਕਿਉਰਿਟੀ ਲੈਣ ਨੂੰ ਇਹ ਗੱਲਾਂ ਕਰਦੇ ਆ ਵੀ ਇਹ ਜਿਹੜੇ ਬਾਹਰਲੇ ਸਿੱਖ ਆ ISI ਨਾਲ ਜੁੜੇ ਹੋਏ ਆ, ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਗੁਰਬੰਤ ਪੰਥ ਸਿੰਘ ਪੰਨੂ ਕਹਿੰਦੇ ਨਾ ਮਿਲਿਆ ਜੀ, ਦੱਸੋ ਤੁਸੀਂ 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 ਕਿੱਦਾਂ ਪੰਨੂ ਸਿੰਘ ਪੰਮਾ ਕਹਿੰਦੇ ਨਾ ਮਿਲਿਆ ਹੋਇਆ? ਨਹੀਂ ਕਿੱਦਾਂ ਕਹਿ ਸਕਦੇ ਆ? ਜੰਡਾ ਦੀਆਂ ਗੱਲਾਂ ਕਰਦਾ ਨਹੀਂ ਆਪਣੇ ਸ਼ਰਮਾ ਜੀ, ਮੈਂ ਇਹ ਕੋਈ ਇੱਥੇ ਆਤਮਵਾਦੀ ਵਾਰਦਾਤ ਹੁੰਦੀ ਆ ਖੁਸ਼ੀਆਂ ਮਨਾਉਂਦਾ, ਮੈਂ ਸੰਵਿਧਾਨ ਨੂੰ ਸਾੜਨ ਦੀ ਗੱਲ ਕਰਦਾ, ਭਾਰਤ ਦੇ ਤਿਰੰਗੇ ਨੂੰ ਸਾੜਦਾ। ਨਿਸ਼ਾਂਤ ਸ਼ਰਮਾ ਜੀ, ਤੁਸੀਂ ਦੇਸ਼ ਦਾ ਸੰਵਿਧਾਨ ਮੰਨਦੇ ਆ, ਇੱਥੇ ਪੁਲਿਸ ਆ, ਇੱਥੇ ਗਵਰਨਮੈਂਟ ਆ, ਇੱਥੇ ਪ੍ਰਾਈਮ ਮਿਨਿਸਟਰ ਆ, ਇੱਥੇ ਮੁੱਖ ਮੰਤਰੀ ਆ, ਤੁਹਾਡੇ ਕੋਲ ਕੀ ਅਥਾਰਿਟੀ ਆ ਕਿਸੇ ਨੂੰ ਤੁਸੀਂ ਜਾ ਕੇ ਵਿੱਚ ਪੰਗੇ ਲੈਣੇ ਆ? ਕਿਹੜਾ ਪੰਗਾ ਲਿਆ ਪਹਿਲਾਂ ਮੈਨੂੰ, ਮੇਰੇ ਤਾਂ ਪੰਗਾ ਦੱਸੋ ਤੁਸੀਂ ਦੱਸੋ ਵੀ ਜਗਤਾਰ ਸਿੰਘ ਹਵਾਰਾ ਉਹਨੂੰ ਪੁਲਿਸ ਫੜ ਕੇ ਜੇ ਪੇਸ਼ ਕਰਨ ਲਈ ਲੈ ਜਾ ਰਹੀ ਆ, ਤੁਸੀਂ ਉਹਦੇ ਵਿੱਚ ਜਾ ਕੇ ਆਪਣੀ ਲੱਤ ਕਿਉਂ ਉਡਾਈ? ਖਾਲਿਸਤਾਨ, ਉਹ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਉਂਦਾ ਕਿਉਂ? ਦੇਖੋ ਮੈਂ ਦੇਸ਼ ਦਾ ਮੋਹ ਖਰਾਬ ਕਰਦਾ, ਅੱਤਵਾਦੀ ਹੈ, ਬੁੱਚੜ ਆ ਉਹ। ਦੇਖੋ ਜਿਹੜੀ ਲਫ਼ਜ਼ ਆ ਨਾ, ਉਹ ਅਸੀਂ ਕਿਸੇ ਨੂੰ ਹਾਲੇ ਜਿਹੜਾ ਕਿਸੇ ਵੀ ਬੰਦੇ ਦੇ ਬਾਰੇ ਤੁਹਾਡੇ ਬਾਰੇ ਉਹੋ ਜਿਹਾ ਲਫ਼ਜ਼ ਨਹੀਂ ਵਰਤਿਆ, ਮੈਂ ਇਹ ਪੁੱਛਦਾ ਅੱਤਵਾਦੀ ਨੂੰ ਅੱਤਵਾਦੀ ਕਹਿ ਰਿਹਾ? ਮੈਂ ਕਿਹੜੇ ਗਾਲ ਕੱਢ ਰਿਹਾ? ਮੈਂ ਇਹ ਪੁੱਛਦਾ ਜੇ ਉਹ ਅੱਤਵਾਦੀ ਵੀ ਆ, ਜੇ ਸਰਕਾਰ ਨੇ ਉਹਨੂੰ ਫੜਿਆ ਆ, ਪੁਲਿਸ ਨੇ ਉਹਨੂੰ ਫੜਿਆ ਆ, ਕੇਸ ਉਹਨਾਂ ਦੇ ਚੱਲਦਾ, ਤੁਹਾਨੂੰ ਕੀ ਹੱਕ ਆ? ਮੈਂ ਇਹ ਪੁੱਛਦਾ।
ਮਹਾਰਾਜ ਕਮਾਲ ਆ, ਉਹਨੂੰ ਕੀ ਆਖਦਾ ਖਾਲਿਸਤਾਨ ਜ਼ਿੰਦਾਬਾਦ? ਹਿੰਦੁਸਤਾਨ ਮੁਰਦਾਬਾਦ ਕਹਿਣ ਦਾ? ਜਦੋਂ ਸਰਕਾਰ ਹੈਗੀ ਆ, ਜਦੋਂ ਸਰਕਾਰ ਹੈਗੀ ਆ, ਗੌਰਮੈਂਟ ਹੈਗੀ ਆ, ਪੁਲਿਸ ਨੇ ਉਹਨੂੰ ਫੜਿਆ ਤੇ ਹਾਲ ਜਲ ਚ ਬੰਦਿਆ, ਤੁਹਾਡੇ ਕੋਲ ਕੀ ਹੱਕ ਆ ਵੀ ਉਹਦੀ ਜਾ ਕੇ ਤੁਸੀਂ ਪੱਗ ਲਾਵੋ? ਦੱਸੋ ਤੁਹਾਨੂੰ ਉਹੀ ਦਿਖ ਰਹੀ ਹੈ ਤੁਹਾਨੂੰ ਹੋਰ ਕੋਈ ਕੰਮ ਨਹੀਂ ਦਿਖ ਰਿਹਾ ਅਸੀਂ ਕਰਦੇ ਹਾਂ ਤੁਹਾਡੀ ਸੰਸਥਾ ਦਾ ਇਹੀ ਕੰਮ ਹੈ ਇਹੀ ਕਰਨਾ ਤੁਸੀਂ ਇਹੀ ਕੰਮ ਮੈਂ ਬੀਬੀ ਅਸੀਂ ਕੰਮ ਕਰਦੇ ਕੰਮ ਦਾ ਤੇ ਦੋ ਹਜ਼ਾਰ ਗਿਆਰਾਂ ਦੀ ਘਟਣਾ ਆ
ਦਾਸਤਾ ਦਿੱਤਾ, ਦਾਸਤਾ ਦਿੱਤਾ ਤੁਹਾਨੂੰ, ਅਸੀਂ ਵਿਰੋਧ ਪ੍ਰਗਟ ਕਰਨਾ ਸੀ, ਇੱਕ ਮੈਸੇਜ ਦੇਣਾ ਸੀ ਕਿ ਅਸੀਂ ਤਾਂ ਵਿਰੋਧ ਕਰਦੇ ਹਾਂ, ਗੱਲ ਖਤਮ। ਅੱਛਾ, ਜਿਹੜਾ ਹੁਣ ਪੰਜਾਬ ਦੇ ਵਿੱਚ ਸਰਕਾਰ ਗਵਰਨਮੈਂਟ ਦੀ ਮਤਲਬ ਕਾਂਗਰਸ ਦੀ ਹੈ ਇਸ ਵੇਲੇ, ਜਿਹੜੀ ਉਹ ਕਾਂਗਰਸ ਆ ਜਾਂ ਆਪਣਾ ਡੀਜੀਪੀ ਆ ਜਾਂ ਪੁਲਿਸ ਆ, ਉਹ ਉਹ ਸਹੀ ਕੰਮ ਕਰ ਰਿਹਾ ਹੈ ਜਿਹੜਾ ਤੁਹਾਨੂੰ ਲੋੜ ਹੈ? ਬਿਲਕੁਲ ਸਹੀ ਕੰਮ ਕਰ ਰਹੇ, ਜੇ ਉਹ ਸਹੀ ਗੱਲ ਹੈ ਤਾਂ ਬਹੁਤ ਅੱਛਾ ਕੰਮ ਕਰ ਰਹੇ। ਹਾਂ, ਬਹੁਤ ਅੱਛਾ ਕੰਮ ਕਰ ਰਹੇ ਇਸ ਵੇਲੇ। ਇਹੀ ਮੈਂ ਪੁੱਛਦਾ ਵੀ ਸ਼ੇਰਾ ਬੱਗਾ ਗੁਗਲੀ ਜਿਹਨਾਂ ਨੇ ਹਿੰਦੂ ਲੀਡਰਾਂ ਦੇ ਕਾਤਲ ਫੜ ਕੇ ਅੰਦਰ ਦਿੱਤੇ, ਡੀਜੀਪੀ ਸਾਹਿਬ ਨੇ ਇਨਵੋਲਵ ਆ ਤੇ ਜਾਂ ਉਹ ਗੱਲ ਕਰਦੇ ਆ, ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਆ, ਅਦਾਲਤਾਂ ਹੈਗੀਆਂ, ਸਾਰਾ ਕੁਛ ਹੈਗਾ ਆ, ਤੇ ਤੁਸੀਂ ਸਾਰੇ ਸਿੱਖਾਂ ਨੂੰ ਅੱਤਵਾਦੀ ਕਿੱਦਾਂ ਕਹੀ ਜਾਂਦੇ? ਸਾਰੇ ਸਿੱਖਾਂ ਨੂੰ ਅੱਤਵਾਦੀ ਕੌਣ ਕਹਿ ਰਿਹਾ ਜੀ? ਤੁਸੀਂ ਅੱਜ ਜਦੋਂ ਹੁਣ ਜਦੋਂ ਲਾਭ ਚ ਵਰਤਦੇ ਆ 2% ਸੂਰੀ ਸਾਹਿਬ ਵੀ ਕਹਿ ਕੇ ਅੱਡਿਆ ਤੁਸੀਂ ਵੀ। ਮੈਂ ਕਹਿ ਰਿਹਾ ਭਾਈ ਸਾਹਿਬ ਸੁਣੋ, ਮੈਂ ਕਹਿ ਰਿਹਾ ਉਹ 2% ਹਿੰਦੂ ਵੀ ਹੋ ਸਕਦੇ ਆ, 2% ਮੁਸਲਮਾਨ ਵੀ ਹੋ ਸਕਦੇ ਆ, ਉਹ 2% ਸਿੱਖ ਵੀ ਹੋ ਸਕਦੇ ਆ, ਉਹ 2% ਈਸਾਈ ਵੀ ਹੋ ਸਕਦੇ ਆ, ਜਿਹੜੇ ਕਿ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਸਿੱਖਾਂ ਨੂੰ ਮਾੜਾ ਕੌਣ ਕਹਿ ਰਿਹਾ? ਮੇਰੇ ਭਰਾ ਨੇ, ਠੀਕ ਹੈ ਜੇ ਤੁਹਾਡੇ ਭਰਾ ਆ, ਤੇ ਜਦੋਂ ਕੋਈ ਗੱਲਬਾਤ ਹੁੰਦੀ ਆ, ਜਦੋਂ ਤੁਸੀਂ ਕਹਿੰਦੇ 9 ਮਾਰਚ ਦਾ ਮਸਲਾ ਹੈਗਾ ਸਾਡਾ ਜਿਹੜਾ ਸੰਬੰਧ ਆ, ਜੇ 9 ਮਾਰਚ ਦਾ ਸੰਬੰਧ ਆ, ਤੇ ਜਦੋਂ ਕੋਈ ਗੱਲ ਹੁੰਦੀ ਆ, ਜਦੋਂ ਕੋਈ ਸਿੱਖਾਂ ਦੀ ਗੱਲ ਹੁੰਦੀ ਆ ਜਾਂ ਧਾਰਮਿਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਗੱਲ ਹੁੰਦੀ ਆ, ਸਿੱਖ ਕੋਈ ਆਪਣਾ ਦਿਨ ਮਨਾਉਂਦੇ ਆ, ਤੇ ਤੁਹਾਨੂੰ ਕਿਉਂ ਇਹ ਹੁੰਦਾ ਵੀ ਤੁਸੀਂ ਉਹਦਾ ਵਿਰੋਧ ਹੀ ਕਰਨਾ? ਅਸੀਂ ਵਿਰੋਧ ਸਿਰਫ ਉਸ ਚੀਜ਼ ਦਾ ਕਰੀਦਾ ਜਿਸ ਦਿਨ ਉਹ ਸ਼ਹੀਦੇ ਆਜਮ ਸਵਾਰ ਬੇਅੰਤ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਚ ਸ਼ਾਂਤੀ ਲਿਆਂਦੀ, ਉਹਨਾਂ ਦੇ ਹਤਿਆਰਿਆਂ ਨੂੰ ਸਨਮਾਨਿਤ ਕਰਦੇ ਆ, ਉਸ ਦਿਨ ਦਾ ਉਸ ਚੀਜ਼ ਦਾ ਵਿਰੋਧ ਕਰੀਦਾ, ਨਾ ਕਿ ਕਿਸੇ ਧਾਰਮਿਕ ਸਮਾਗਮ ਦਾ ਵਿਰੋਧ ਕਰੀਦਾ। ਜੇ ਜੇ ਤੁਸੀਂ ਕਹਿੰਦੇ ਬੇਅੰਤ ਸਿੰਘ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਉਹ ਸ਼ਹੀਦ ਆ ਜਿਵੇਂ ਤੁਸੀਂ ਉਹਨੂੰ ਮੰਨਦੇ ਆ, ਤੁਹਾਨੂੰ ਕਿਸੇ ਨੇ ਕਿਹਾ ਵੀ ਨਾ ਮੰਨੋ? ਹਾਂਜੀ, ਮੁੱਖ ਮੰਤਰੀ ਜੀ ਚੁਣਿਆ, ਲੋਕਾਂ ਦਾ ਚੁਣਿਆ, ਤੁਹਾਨੂੰ ਕਿਵੇਂ ਗਲਤ ਕਹਿੰਦੇ? ਨਹੀਂ ਨਹੀਂ, ਮੈਂ ਕਿਹਾ ਤੁਹਾਨੂੰ ਕਿਸੇ ਨੇ ਕਿਹਾ ਭਾਈ ਜੇ ਸਿੱਖ ਕਿਸੇ ਨੂੰ ਮੰਨਦੇ ਆ, ਤੁਸੀਂ ਕਿਉਂ ਵਿਰੋਧ ਕਰਦੇ? ਮੈਂ ਇਹ ਆ ਮੇਰਾ ਸਵਾਲ। ਸਿੱਖ ਲੋ, ਸਿੱਖ ਕੁਛ ਇੱਕ ਲੋਕ, ਸਿੱਖ ਲਗੋ, ਸਿੱਖ ਲਗੋ, ਅਸੀਂ ਕਿਉਂ ਨਾ ਕਹੀਏ, ਕਿਉਂ ਨਾ ਕਹੀਏ ਸਿੱਖ, ਕੁਛ ਇੱਕ, ਕੁਛ ਇੱਕ, ਕੁਛ ਇੱਕ, ਕੁਛ ਇੱਕ। ਸ਼ਰਮਾ ਜੀ, ਜੇ ਅਕਾਲ ਤਖਤ ਜਿਹੜਾ ਸਿੱਖਾਂ ਦਾ, ਜਿਹੜਾ ਅਕਾਲ ਤਖਤ ਦੇ ਸਿੱਖਾਂ ਦਾ ਨਹੀਂ ਹੈ ਇਕੱਲੇ ਦਾ, ਉੱਥੇ ਸਾਡੀ ਵੀ ਆਸਥਾ ਪੂਰੀ ਆ। ਜੇ ਨਹੀਂ ਆਸਥਾ ਪੂਰੀ, ਨਹੀਂ ਜੇ ਸ਼੍ਰੋਮਣੀ ਕਮੇਟੀ ਜਿਨ੍ਹਾਂ ਨੂੰ ਉੱਥੇ ਸ਼ਹੀਦ ਮੰਨਦੀ ਆ, ਜਿਨ੍ਹਾਂ ਦਾ ਦਿਨ ਮਨਾਉਂਦੀ ਆ, ਤੁਹਾਨੂੰ ਕਦੇ ਉਹਦੇ ਚ ਦਰਦ ਹੁੰਦੀ ਆ? ਅਸੀਂ ਤਾਂ ਵਿਰੋਧ ਦਰਦ ਕਮਾਲ ਕਰਦੇ ਹਾਂ, ਬੇਅੰਤ ਸਿੰਘ ਦੇ ਸਮੇਂ ਨਾਲ 17 ਬੰਦੇ ਇਹਨਾਂ ਨੇ ਅੱਤਵਾਦੀ ਮਾਰੇ, ਉਹਨਾਂ ਨੂੰ ਸਮਾਪਤ ਕਰਨ ਦਾ ਕੀ ਮਤਲਬ ਹੈ? ਨਹੀਂ ਜੇ ਉਹ ਕਰਦੇ ਤਾਂ ਤੁਸੀਂ ਜਾ ਕੇ ਉਹਨਾਂ ਨਾਲ ਉਦਾਂ ਗੱਲ ਕਰੋ, ਤੁਸੀਂ ਵਿਰੋਧ ਕਿਉਂ ਕਰਦੇ ਆ? ਅਸੀਂ ਰਿਟਰਨ ਵੀ ਦਿੱਤਾ, ਕੰਪਲੇਂਟ ਦਿੱਤੀ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ, ਅਸੀਂ ਅਸੀਂ ਕਾਲੇ ਦੀ ਵੀ ਕੰਪਲੇਂਟ ਦਿੱਤੀਆਂ ਨੇ ਕਿ ਉਹਨਾਂ ਨੂੰ ਸਨਮਾਨਿਤ ਨਾ ਕੀਤਾ ਜਾਵੇ। ਅੱਛਾ,
ਚਲੋ ਆਪਾਂ ਆ ਜਾਂਦੇ ਜਿੱਦਾਂ ਹੁਣ ਜਿਹੜੇ ਮਸਲੇ ਆ, ਜੇ ਸਿੱਖਾਂ ਨੂੰ ਜੇ ਆਪਾਂ ਕਹਿੰਦੇ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਲੋਕ ਵਿਦੇਸ਼ਾਂ ਚ ਰਹਿੰਦੇ ਆ, ਜਾਂ ਤੁਸੀਂ ਹੁਣ ਪੂਰੀ ਦੁਨੀਆਂ ਦੇ ਵਿੱਚ ਤੁਹਾਡੀ ਗੱਲਬਾਤ ਜਾ ਰਹੀ ਆ, ਤੁਸੀਂ ਕਹਿੰਦੇ 2020 ਵਾਲੇ ਵੀ ਗਲਤ ਆ, ਉਹ ਵੀ ISI ਨਾਲ ਮਿਲੇ ਹੋਏ ਆ, ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਉਹ ਵੀ ਗਲਤ ਆ, ਤੇ ਇਹਨਾਂ ਨੂੰ ਲੋਕਾਂ ਨੂੰ ਪੰਜਾਬ ਦੇ ਨਾਲ ਜੁੜੇ ਹੋਏ ਆ ਸਰ, ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ, ਮਤਲਬ ਕੀ ਕਰਨ ਉਹ? ਦੇਖੋ ਜੀ ਗੱਲ ਇਹ ਆ, ਅਸੀਂ ਇੱਕ ਧਰਮ ਸੰਸਦ ਕਰਾਈ ਸੀ ਲੁਧਿਆਣਾ ਦੇ ਵਿੱਚ ਪਿਛਲੇ ਸਾਲ, ਜਿਹਦੇ ਵਿੱਚ ਅਸੀਂ 2020 ਰਿਫੰਡਮ ਦੇ ਖਿਲਾਫ ਆਵਾਜ਼ ਚੱਕੀ ਸੀ। ਐਤਕੀ ਅਸੀਂ 5 ਜਨਵਰੀ ਨੂੰ ਮੋਗਾ ਚ ਧਰਮ ਸੰਸਦ ਕਰਾ ਕੇ 2020 ਰਿਫੰਡਮ ਦਾ ਭੋਗ ਪਾ ਦਿੱਤਾ। 2020 ਰਿਫੰਡਮ ਖਤਮ ਹੋ ਚੁੱਕਾ, ਉਹਦਾ ਅਸੀਂ ਗੱਲਾਂ ਹੀ ਨੀ ਲੈਣਾ, ਖਤਮ ਹੋ ਚੁੱਕੀ ਗੱਲ, ਪੰਨੂ ਛੰਨੂ ਖਤਮ ਹੋ ਗਿਆ। ਬਾਹਰ ਬੈਠ ਕੇ ਕੋਈ ਬੋਲੀ ਜਾਊਗਾ, ਸੁਣੋ ਮੇਰੀ ਗੱਲ, ਇੱਥੇ ਲਾ ਕੇ ਦਿਖਾਵੇ ਫਲੈਕਸ ਕੋਈ 2020 ਰਿਫੰਡਮ ਦੀ, ਮੇਰੇ ਕਮਲੇਰ ਤੇ ਪਰਚੇ ਹੋਏ ਸੀਗੇ। ਅੱਛਾ, ਹਾਂ ਕੀ ਹੋਇਆ ਸੀ? ਮੇਰੀ ਕੰਪਲੇਂਟ ਤੇ ਫਲੈਕਸ ਲਗਾਉਣ ਵਾਲਿਆਂ ਦੇ ਪਰਚੇ ਦਰਦ ਹੋਏ ਸੀ। ਅੱਛਾ, ਤੁਸੀਂ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਸੀ, ਮਾਂ ਨੇ ਸੀਐਮ ਸਾਹਿਬ ਨੂੰ ਕੰਪਲੇਂਟ ਕੀਤੀ ਸੀ, ਜਿਹੜੇ ਪੰਜਾਬ ਤੋਂ ਪੁਲਿਸ ਉਤਰੀਆਂ। ਮੈਂ ਗੱਲ ਇਹ ਕਰ ਰਿਹਾ, ਜਿਹੜੇ ਪੰਜਾਬ ਦੇ ਵਿੱਚ ਇੰਨੇ ਨਸ਼ੇ ਵਿਕਦੇ ਆ, ਇੰਨੇ ਲੋਕੀ ਫੜੇ ਜਾਂਦੇ ਆ, ਉਹਨਾਂ ਲਈ ਤੁਸੀਂ ਕੀ ਕਰਦੇ ਆ? ਅਸੀਂ ਨਸ਼ੇ ਵਿਰਾਹ ਰੈਲੀਆਂ ਕਰਦੇ ਆ, ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆ, ਦੇਖੋ ਨਾ ਮੇਰੇ ਫੇਸਬੁੱਕ ਪੇਜ ਦੇਖੋ, ਨਹੀਂ ਫੇਸਬੁੱਕ ਦੇਖਦੇ ਆ। ਮੈਂ ਹੁਣ ਯਾਰ ਅੰਮ੍ਰਿਤਸਰ ਦੇ ਵਿੱਚ ਕਿੰਨੇ ਕਰੋੜ ਦੀ, ਬਹੁਤ ਹਿੰਦੂ ਲੀਡਰ ਵੀ ਫੜੇ ਗਏ ਆ, ਹਿੰਦੂਆਂ ਦੇ ਨਾਲ ਵੀ ਸੰਬੰਧ ਆ, ਉਹਨਾਂ ਦਾ ਕਾਂਗਰਸ ਦੇ ਨਾਲ ਵੀ ਸੰਬੰਧ ਆ। ਇੱਕ ਦਾ ਨਾਮ ਦੱਸੋ, ਨਹੀਂ ਅਕਾਲੀ ਲੀਡਰ ਦਾ ਨਾਮ ਦੱਸੋ, ਦੇਖੋ ਨਾਮ ਦੱਸੋ ਨੀ ਮੈਨੂੰ, ਨਾਮ ਦੱਸੋ ਨੀ ਹਿੰਦੂ ਲੀਡਰ ਦਾ, ਜਿਹੜੇ ਮਸੀਹ ਆ ਜਾਂ ਹੋ ਰਿਹਾ ਆ ਫੜੇ ਗਏ ਵੀ ਉੱਥੇ, ਮਸੀਹ ਆ ਨਾ, ਹਿੰਦੂ ਲੀਡਰ ਨਹੀਂ, ਹਿੰਦੂ ਲੀਡਰ ਨਾਲ ਕੋਈ ਹਿੰਦੂ ਲੀਡਰ ਕੋਈ ਨਹੀਂ ਫੜੇ ਗਏ ਅੱਜ ਤੱਕ, ਅੱਜ ਤੱਕ ਕੋਈ ਨੀ, ਅੱਜ ਤੱਕ ਰਿਕਾਰਡ ਦਿਖਾ ਲਓ ਕੋਈ ਹਿੰਦੂ ਲੀਡਰ ਨਸ਼ਾ ਹੀ ਫੜਿਆ ਗਿਆ ਹੋਵੇ, ਜਿਹੜੇ ਹਿੰਦੂ ਲੀਡਰ ਆਪਣੇ ਇਸ ਵੇਲੇ ਜਿਹੜੀ MP ਬਣੀ ਹੋਈ ਆ ਬੀਬੀ, ਉਹਦਾ ਮੈਨੂੰ ਨਾਂ ਭੁੱਲ ਗਿਆ, ਜਿਹਨਾਂ ਦੇ ਉੱਪਰ ਉਹਨਾਂ ਦੇ ਵੀ ਟੈਰੋਰਿਸਟ ਦਾ ਕੇਸ ਸੀਗਾ ਇੱਧਰ ਬੰਬੇ ਵਾਲੇ ਪਾਸੇ, ਉਹ ਕੌਣ ਸੀਗੇ ਜਿਹੜੇ ਬ੍ਰਿਗੇਡੀਅਰ ਵੀ ਸੀਗੇ, ਉਹਨਾਂ ਦੇ ਉੱਪਰ ਕੇਸ ਚੱਲਿਆ ਪੂਰਾ, ਬੜੀ ਹੋਇਆ ਜੀ, ਨਹੀਂ ਉਹਨਾਂ ਦੇ ਕੇਸ ਚੱਲਿਆ ਵੀ ਸੀਗੇ, ਇਨਵੋਲਵ ਸੀਗੇ ਉਹ ਇਸ ਕੰਮ ਚ, ਬੜੀ ਹੋਇਆ ਜੀ ਬੜੀ, ਉਹ ਜਾਣ ਬੁੱਝ ਕੇ ਭਗਵਾਨ ਆਤੰਕਵਾਦ ਨਾਮ ਦੇਣ ਦੀ ਗੱਲ ਕੀਤੀ ਆ, ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਬੜੀ ਹੋਏ ਆ, ਬੜੀ ਹੋਏ, ਨਹੀਂ ਉਹਨਾਂ ਨੇ ਉਹ ਛਰੇਆਮ ਜਿੱਦਾਂ ਹੁਣ ਦੇਸ਼ ਦੇ ਵਿੱਚ ਆ, ਦਿੱਲੀ ਦੇ ਵਿੱਚ ਤੁਸੀਂ ਦੇਖ ਲਓ ਕੱਲ 11 ਮੌਤਾਂ ਪਤਾ ਨੀ ਕਿੰਨੀਆਂ ਹੋ ਗਈਆਂ, ਤੁਸੀਂ ਕਹਿੰਦੇ ਆ ਦੇਸ਼ ਕੇ ਗੋਲੀ ਮਾਰੋ ਕਿੱਦਾਂ ਦੇ ਲਾਵਜ, ਮੈਂ TV ਤੇ ਉਹ ਵਰਤ ਸਕਦਾ, ਇਹੋ ਜਿਹੇ ਲੋਕ ਉਹ ਕੌਣ ਆ, ਉਹ ਜਿਹੜੇ ਨਾਰੇ ਦਿੰਦੇ ਆ ਕੌਣ ਆ ਲੋਕ? ਮੈਂ ਤਾਂ ਕੋਈ ਲਫ਼ਜ਼ ਨੀ ਵਰਤਿਆ ਜੀ ਗੋਲੀ ਮਾਰੋ, ਨਹੀਂ ਮੈਂ ਤੁਹਾਨੂੰ ਨੀ ਕਹਿ ਰਿਹਾ, ਤੁਸੀਂ ਕਿਹਾ ਕੋਈ ਕਿਸੇ ਅੱਗੇ ਹਿੰਦੂ ਲੀਡਰ ਦਾ ਦੱਸੋ BJP ਦੇ ਨਾਲ ਸੰਬੰਧਿਤ, ਮੈਨੂੰ ਕਿਹਾ ਤੁਸੀਂ, ਮੈਨੂੰ ਕਿਹਾ ਨਸ਼ਿਆਂ ਦੇ ਵਿੱਚ ਹਿੰਦੂ ਲੀਡਰ ਫੜੇ ਗਏ, ਮੈਂ ਕਿਹਾ ਇੱਕ ਦਾ ਨਾਮ ਬੋਲੋ, ਨਸ਼ਿਆਂ ਦੇ ਵਿੱਚ ਵੀ ਬਹੁਤ ਜਿਹੜੇ ਲੀਡਰ ਆ ਸਿਆਸੀ ਲੀਡਰਾਂ ਦਾ ਹੱਥ ਆ, ਬਹੁਤ ਫੜੇ ਗਏ ਆ, ਹਿੰਦੂ ਲੀਡਰ ਕੋਈ ਨਹੀਂ, ਮੈਂ ਉਹ ਵੀ ਤੁਸੀਂ ਆਪ ਹੀ ਦੇਖ ਲਿਓ, ਬਹੁਤ ਅਖਬਾਰਾਂ ਦੇ ਵਿੱਚ ਆ ਚੁੱਕਾ ਹੈ। ਚਲੋ ਮੈਂ ਤੁਹਾਨੂੰ ਇਹ ਪੁੱਛਦਾ ਕਿ ਤੁਸੀਂ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ ਆ, ਪੰਜਾਬ ਦਾ ਖਾਂਦੇ ਆ, ਤੁਸੀਂ ਕਹਿੰਦੇ ਸਿੱਖ ਜਿਹੜੇ 9 ਮਾਸਾ ਰਸਤਾ ਆ, ਜਦੋਂ ਕੋਈ ਮਸਲਾ ਹੁੰਦਾ ਆ, ਜਦੋਂ ਕੋਈ ਗੱਲ ਹੁੰਦੀ ਆ, ਉਦੋਂ ਭਾਸ਼ਾ ਦੀ ਪੰਜਾਬੀ ਦੀ ਜਗ੍ਹਾ ਹਿੰਦੀ ਕਿਉਂ ਲਿਖਾਉਂਦੇ ਆ?
ਕਮਾਲ ਦੀ ਕਿੰਨੀ ਛੋਟੀ ਗੱਲ ਵਰਤ ਰਹੇ ਤੁਸੀਂ, ਕਿੰਨੀ ਛੋਟੀ ਗੱਲ ਦੀ ਚਿਹਰੇ ਚ ਕਹਿ ਰਹੇ ਹੋ। ਤੁਸੀਂ ਜਵਾਬ ਦਿਓ, ਸਾਡੀ ਮਾਤ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ। ਨਹੀਂ ਮੈਂ ਕਦੋਂ ਰੋਕਦਾ, ਮੈਂ ਇਹ ਥੋੜੀ ਕਿਹਾ ਵੀ ਜਦੋਂ ਜਦੋਂ ਜਿਹੜੇ ਪੰਜਾਬ ਚ ਰਹਿੰਦੇ ਆ ਜਿੱਥੇ ਆਪਾਂ ਸਾਰੇ ਰਹਿੰਦੇ ਆ, ਤੁਸੀਂ ਹੁਣ ਪੰਜਾਬੀ ਬੋਲ ਰਹੇ ਹੋ। ਹਾਂ ਪੰਜਾਬੀ ਬੋਲ ਰਹੇ ਤੇ ਫਿਰ ਪੰਜਾਬੀ ਲਿਖਾਉਣ ਦੇ ਵਿੱਚ ਕੀ ਹਰਜ ਆ ਪੰਜਾਬ ਦੇ ਗੱਲਾਂ ਲਈ? ਜਿੱਥੇ ਪੰਜਾਬੀ ਲਿਖੀ ਜਾਂਦੀ ਹੈ ਪੰਜਾਬੀ ਲਿਖਣ ਨੂੰ ਅਸੀਂ ਕਿਹੜਾ ਮਨਾ ਕਰ ਰਹੇ ਕੋਈ? ਅੱਛਾ ਤੇ ਜੇ 9 ਮਾਰਚ ਦਾ ਮਸਲਾ ਆ ਤੇ ਆਪਾਂ ਜਦੋਂ ਕੋਈ ਗੱਲ ਹੁੰਦੀ ਹੈ ਕੋਈ ਦੁੱਖ ਸਿੱਖਾਂ ਨੂੰ ਹੁੰਦਾ ਤੇ ਤੁਸੀਂ ਰਲ ਕੇ ਨਾਲ ਖੜਦੇ ਕਿਉਂ ਨਹੀਂ? ਕਿਉਂ ਨਹੀਂ ਖੜਦੇ ਅਸੀਂ? ਖੜਦੇ ਆ, ਦੱਸੋ ਕਿੱਥੇ ਖੜਦੇ ਆ? ਹੁਣ ਹਰ ਗੱਲ ਦੀ ਖੜ ਕੇ ਅਸੀਂ ਵੀਡੀਓ ਬਣਾਈਏ ਕੀ ਆ? ਜੇ ਹੁਣ ਆਪਾਂ ਹੁਣ ਗੱਲ ਕਰ ਰਹੇ ਤਾਂ ਬਾਬਾ ਜੀ ਮੈਸੇਜ ਕੀ ਆ? ਇਸ ਤੋਂ ਵੱਡਾ ਮੈਸੇਜ ਕੀ ਆ ਸਰਦਾਰ ਸਾਹਿਬ, ਸਾਡੀ ਸ਼ਿਰਸਨਾ ਹਿੰਦ ਵਿੱਚ ਸਿੱਖ ਨਾਲ ਹੈਗੇ ਆ। ਅੱਛਾ ਇਸ ਤੋਂ ਵੱਡਾ ਮੈਸੇਜ ਕੀ ਜਾਏਗਾ? ਅਗਰ ਅਸੀਂ ਚੱਜ ਦਾ ਕੰਮ ਕਰਦੇ ਤਾਂ ਹੀ ਸਿੱਖ ਸਾਡੇ ਨਾਲ ਖੜੇ ਆ। ਦੇਖੋ ਸਿੱਖ ਤਾਂ ਸਿੱਖ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਰਿਹਾ, ਸਿੱਖ ਤਾਂ ਰਾਸ਼ਟਰਪਤੀ ਵੀ ਰਿਹਾ। ਮੈਂ ਇਹ ਨੀ ਕਹਿੰਦਾ ਪਰ ਜੇ ਗੱਲ ਜਿਹੜੀ ਜਿਹੜੀ ਪੰਜਾਬ ਦੇ ਜੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਲੋਕਾਂ ਲਈ ਅੱਗੇ ਵਧਣਾ ਆ ਤੇ ਉਹਦੇ ਲਈ ਕੋਈ ਉਹੋ ਜਿਹਾ ਕੰਮ ਕਰੋ ਜੇ ਇਹਨਾਂ ਸਾਰੇ ਰਲ ਕੇ ਰਹਿ ਸਕਣ। ਅਸੀਂ ਮਾੜਾ ਕੰਮ ਕਰਦੇ ਕੀ ਆ ਦੱਸੋ? ਜਿਹੜੀਆਂ ਜਿਹੜੇ ਲੋਕੀ ਤੁਸੀਂ ਹੁਣ ਇਹ ਗੱਲ ਇੱਕ ਲੀਕ ਫੇਰ ਦਿੱਤੀ ਵੀ ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਜਾਂ ਜੇਲ੍ਹਾਂ 'ਚ ਬੰਦ ਆ ਉਹ ਸਾਰੇ ਅੱਤਵਾਦੀ ਆ, ਉਹਨਾਂ ਨੂੰ ਆਹ ਕਰ ਦੋ ਆਹ ਕਰ ਦੋ, ਉਹਨਾਂ ਨੂੰ ਕਦੇ ਨੀ ਨਾਲ ਜੋੜਦੇ। ਗੱਲ ਇਹ ਆ ਜਿਹੜੇ ਅੱਤਵਾਦੀ ਨੇ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨ ਦੀ ਗੱਲ ਕਰਦੇ ਆ, ਜਿਹੜੇ ਗੈਂਗਸਟਰ ਨੇ ਚਾਹੇ ਉਹ ਵਿੱਕੀ ਗੋਂਡਰ ਆ, ਚਾਹੇ ਦਵਿੰਦਰ ਬਵੀਹਾ ਆ, ਚਾਹੇ ਉਹ ਲਾਰਸ ਬਿਸ਼ਨੋਈ ਆ, ਉਹਨਾਂ ਦਾ ਐਂਡ ਜਿਹੜਾ ਸਾਡੀ ਬਹਾਦਰ ਪੰਜਾਬ ਪੁਲਿਸ ਨੇ ਵਿਕਰਮ ਬਰਾੜ ਸਿੰਘ ਵਰਗਿਆਂ ਡਿਪਟੀਆਂ ਨੇ ਕੀਤਾ ਆ। ਨੰਬਰ ਇੱਕ ਅੱਤਵਾਦ ਜਿਹੜਾ ਨਵਾਂ ਨਵਾਂ ਹੁਣ ਫੇਰ ਸ਼ੁਰੂ ਹੋ ਰਿਹਾ, ਸਾਨੂੰ ਮਾਣ ਆ ਪਹਿਲਾਂ ਸਾਡੇ ਦੁਰਗਾ ਗੁਪਤਾ ਜੀ ਬ੍ਰਿਗੇਡੀਅਰ ਗਗਨੇਜਾ ਜੀ ਦੀ ਹੱਤਿਆ ਹੋਈ, ਸਾਡੀ ਪੰਜਾਬ ਪੁਲਿਸ ਨੇ ਹਥਿਆਰੇ ਫੜੇ ਚੱਕ ਕੇ ਹਥਿਆਰ ਜੇ ਸੁੱਟੇ ਆ, ਉਹ ਸਾਨੂੰ ਇਹ ਵੀ ਪੂਰੀ ਉਮੀਦ ਆ ਉਹਨਾਂ ਨੂੰ ਛੇਰੇ ਨੂੰ ਫਾਂਸੀ ਸਜ਼ਾ ਹੋਏਗੀ। ਜਿਹੜੀ ਜਿਹੜੀ ਦੇਖੋ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੇ ਤੁਸੀਂ ਗੱਲ ਕਰਦੇ ਆ ਵੀ ਆਹ ਹੋਏ ਆ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਆ ਜਾਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਆ, ਪੰਜਾਬ ਸੂਬਾ ਕਿੱਥੇ ਨੰਬਰ ਇੱਕ ਤੇ ਹੁੰਦਾ ਸੀ ਹੁਣ ਕਿੱਥੇ ਗਿਆ ਹੋਇਆ? ਇਹਦੇ ਜੇ ਇਹ ਜਿਹੜੇ ਖਾਲਿਸਤਾਨੀ ਕਰਕੇ ਜਾਂ ਜਿਹੜੇ ਲੋਕ ਵੱਖਵਾਦੀ ਕਰਕੇ ਉਹਨਾਂ ਕਰਕੇ ਹੋਇਆ ਜਾਂ ਪੰਜਾਬ ਦੇ ਲੋਕਾਂ ਕਰਕੇ ਹੋਇਆ? ਬੇੜਾ ਗਰ ਕੀਤਾ ਇਹਨਾਂ ਨੇ 2020 ਰੈਫਰੈਂਡਮ ਵਾਲਿਆਂ ਨੇ। ਇੱਕ ਪਾਸੇ ਤੁਸੀਂ ਕਹਿੰਦੇ ਉੱਥੇ ਹੈ ਹੀ ਨੀ ਕੋਈ ਕੋਈ ਇਹਨਾਂ ਦੀ ਸਪੋਰਟ ਨਹੀਂ ਕਰਦਾ ਜਿਹੜੇ ਪੰਜਾਬ ਦੇ ਲੋਕ ਰਹਿੰਦੇ ਆ, ਪੰਜਾਬ ਦਾ ਇੱਕ ਨੰਬਰ ਇੱਕ ਸੂਬਾ ਹੋ ਕੇ ਹੁਣ 18ਵੇਂ ਨੰਬਰ ਤੇ ਕਿਉਂ ਚੱਲ ਗਿਆ? ਆ ਜਿਹੜੇ ਭੌਂਕਦੇ ਆ ਬਾਹਰ ਖਾਲਿਸਤਾਨ ਚਾਹੀਦਾ ਉਹਨਾਂ ਕਰਕੇ, ਨਹੀਂ ਇਹਦਾ ਮਤਲਬ ਉਹਨਾਂ ਲੋਕਾਂ ਦੀ ਗੱਲ ਲੋਕ ਸੁਣਦੇ ਆ ਤਾਂ ਚੱਲ ਗਿਆ ਚੱਲ ਪਿੱਛੇ। ਕਿਹੜਾ ਸੁਣਦਾ ਉਹਨਾਂ ਲੋਕਾਂ ਦੀ, ਕੋਈ ਸੁਣਦਾ ਦੱਸੋ? ਵੀ ਆਪੇ ਤੇ ਤੁਸੀਂ ਕਹੀ ਜਾਂਦੇ ਆ, ਆਪੇ ਤੇ ਤੁਸੀਂ ਕਹੀ ਜਾਂਦੇ ਆ ਵੀ ਬਾਹਰ ਲੈ ਲਓ। ਮੈਂ ਕਹਿ ਰਿਹਾ ਬਾਹਰਲੇ ਲੋਕ ਸੁਣੋ ਮੇਰੀ, ਜਿਹੜੇ ਬਾਹਰ ਵਿਦੇਸ਼ਾਂ ਚ ਬੈਠੇ ਆ, ਪੰਨੂ ਦੀ ਔਕਾਤ ਨੀ ਹੈ ਕਿ ਇੱਥੇ ਇੰਡੀਆ ਚ ਆ ਸਕੇ। ਇੰਡੀਆ ਚ ਆ ਕੇ ਮੇਰਾ ਚੈਲੰਜ ਆ, ਅਗਰ ਪੰਨੂ ਇੱਥੇ ਇੰਡੀਆ ਚ ਆਉਂਦਾ ਆ, ਪਰਮਜੀਤ ਸਿੰਘ ਪੰਮਾ ਇੰਡੀਆ ਚ ਆਉਂਦਾ ਆ, ਨੀਟਾ ਇੱਥੇ ਇੰਡੀਆ ਚ ਆਉਂਦਾ ਆ, ਆ ਕੇ ਸਾਹਮਣੇ ਆਹਮਣੇ ਗੱਲ ਕਰੇ, ਉਹ ਵਿਦੇਸ਼ ਚ ਬੈਠ ਕੇ ISI ਦੀ ਸ਼ਰਨ ਲੈ ਕੇ ISI ਟੁਕੜਿਆਂ ਦੇ ਭਲ ਕੇ ISI ਜੋ ਇਹਨਾਂ ਨੂੰ ਕਹਿੰਦੀ ਆ ਉਹਨਾਂ ਕੋਲ ਬੋਲਦੇ ਆ। ਜਿਹੜੇ ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਆ, ਇਹਨੂੰ ਇਹ ਗੈਂਗਸਟਰ ਗੌਰਮੈਂਟ ਨੇ ਜਾਂ ਇੱਥੇ ਅਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਜਾਂ ਤੁਸੀਂ ਜਿਹੜੀਆਂ ਹੋਰ ਸਿਆਸੀ ਬੰਦੇ ਉਹਨਾਂ ਨੇ ਪੈਦਾ ਕੀਤੇ ਆ ਜਾਂ ਆਪੇ ਬਾਹਰੋਂ ਆ ਗਏ? ਦੇਖੋ ਗੈਂਗਸਟਰ ਜਿਹੜੇ ਆ ਜਿਹੜੇ ਨਿਰਦੋਸ਼ ਲੋਕਾਂ ਦੇ ਕਤਲ ਕਰਦੇ ਆ, ਮੈਂ ਪੁੱਛਦਾ ਪੈਦਾ ਕਿੱਥੋਂ ਹੋਏ ਆ, ਕਿਹੜੇ ਕੀਤੇ ਪੈਦਾ ਇਹ ਗੈਂਗਸਟਰ?
ਪੈਦਾ ਕਿਹਨੇ ਕੀਤੇ ਆ? ਤੁਹਾਡੀ ਗੱਲ ਹੀ ਨੀ ਸਮਝ ਪਾ ਰਿਹਾ ਪੈਦਾ ਕਰਨ ਦਾ ਮਤਲਬ। ਗੈਂਗਸਟਰ ਬਣਦਾ ਕਿੱਦਾਂ? ਕੇਨ ਬਣਾਇਆ ਗੈਂਗਸਟਰ ਸਟੇਟਮੈਂਟ ਦੇਣੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ। ਮੈਂ ਤਾਂ ਕੋਈ ਦੇਖਿਆ ਨੀ ਸਿਆਸੀ ਲੀਡਰ ਨੇ ਕੋਈ ਬਣਾਉਂਦਾ ਗੈਂਗਸਟਰ ਸਾਰੇ ਆਪ ਬਣੇ। ਦੇਖੋ ਤੁਸੀਂ ਵਿੱਕੀ ਗੌਂਡਰ ਦੀ ਮੌਤ ਮਾਰ ਰਹੇ ਆ। ਨਹੀਂ ਦੇਖੋ ਜਿਹੜੀ ਜਿਹੜਾ ਵਿੱਕੀ ਗੌਂਡਰ ਦੀ ਤੁਸੀਂ ਗੱਲ ਕੀਤੀ ਆ, ਉਹਨੇ ਛਰਿਆਮ ਉਹਨਾਂ ਦੀ ਬਾਅਦ ਚ ਇੰਟਰਵਿਊ ਜਾਂ ਹੋਰ ਬੰਦਿਆਂ ਦੀ ਆਈ ਆ ਕਿ ਸਾਨੂੰ ਜਿਹੜੇ ਅਵਤਾਰ ਹੈਨਰੀ ਜਿਹੜਾ ਜਲੰਧਰ ਤੋਂ ਸੀਗਾ ਵੀ ਉਹਦੀ ਹਮਾਇਤ ਸੀਗੀ, ਉਹਨੇ ਸਾਨੂੰ ਇਸ ਪਾਸੇ ਵੱਲ ਤੋਰਿਆ। ਕੋਈ ਸਬੂਤ? ਕੋਈ ਸਬੂਤ ਬਿਨਾ ਸਬੂਤ ਤੋਂ ਇੰਟਰਵਿਊ? ਦੇਖੋ ਮੈਂ ਇੰਨੇ ਇਮਾਨਦਾਰ ਮਿਨਿਸਟਰ ਨੂੰ, ਇੰਨੇ ਇਮਾਨਦਾਰ ਮਿਨਿਸਟਰ ਨੂੰ ਇਲਜ਼ਾਮ ਲਾ ਰਹੇ ਹੋ? ਮੈਂ ਇਲਜ਼ਾਮ ਨਹੀਂ ਲਾ ਰਿਹਾ ਨਿਸ਼ਾਂਤ ਸ਼ਰਮਾ ਜੀ, ਮੈਂ ਕਹਿ ਰਿਹਾ ਉਹਨਾਂ ਨੇ ਇੰਟਰਵਿਊ ਦਿੱਤੀ ਇਹ ਅਖਬਾਰਾਂ ਚ ਆਇਆ ਇਹ। ਮਰਨ ਤੋਂ ਬਾਅਦ ਇੰਟਰਵਿਊ ਕਿੱਥੋਂ ਦਿੱਤੀ? ਪਹਿਲਾਂ ਉਹਨਾਂ ਦੀ ਇੰਟਰਵਿਊ ਆਈ ਆ। ਮੈਂ ਕੋਈ ਇੰਟਰਵਿਊ ਨਹੀਂ ਪੜੀ, ਮੈਂ ਤੁਸੀਂ ਨਹੀਂ ਪੜੀ, ਤੁਹਾਡੀ ਵੱਖਰੀ ਗੱਲ ਆ। ਲੱਖਾ ਸਧਾਨਾ ਨੂੰ ਅੱਜ ਪੁੱਛ ਲਓ, ਉਹਦੀ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ। ਲੱਖਾ ਸਧਾਨਾ ਕੋ ਬੰਦਾ ਆ? ਕਿਉਂ? ਉਹ ਕਿਹੜਾ ਬੰਦਾ? ਲੁਟੇਰਾ ਇੱਕ ਨੰਬਰ ਦਾ ਲੁਟੇਰਾ ਉਹ। ਜਵਾਨੀ ਵੇਲੇ ਲੁੱਟੇ ਬਾਣੀ ਆ, ਹੁਣ ਰੱਬ ਦੀ ਭਗਤਣੀ ਹੋਈ। ਇਹਦਾ ਮਤਲਬ ਇਹ ਆ ਜਵਾਨੀ ਵੇਲੇ ਲੁੱਟੇ ਬਾਣੀ ਆ, ਹੁਣ ਰੱਬ ਦੀ ਭਗਤਣੀ ਹੋਈ। ਇਹਨਾਂ ਸਾਰੇ ਆਮ ਬੰਦੇ ਕੰਮ ਕੀਤੇ ਆ, ਬਦਮਾਸ਼ੀਆਂ ਕੀਤੀਆਂ, ਲੋਕਾਂ ਨੂੰ ਲੁੱਟਿਆ ਮਾਰਿਆ, ਹੁਣ ਕਹਿੰਦਾ ਮੈਂ ਸਮਾਜ ਸੁਧਾਰਕ ਆ। ਜੇ ਉਹ ਸਮਾਜ ਸੁਧਾਰਕ ਆ, ਤੁਸੀਂ ਸਮਾਜ ਸੁਧਾਰਕ ਆ, ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਉਹਨੂੰ ਕਹੋਗੇ ਉਹ ਨਹੀਂ ਗਾ। ਕਮਾਲ ਦੀ ਗੱਲ ਕਰੀ ਜਾਂਦੇ ਹੋ। ਨਿਰਦੋਸ਼ ਲੋਕ ਅਸੀਂ ਮਾਰਤੇ, ਹੁਣ ਅਸੀਂ ਸਮਾਜ ਸੇਵਕ ਆ ਜੀ? ਨਹੀਂ, ਕੀ ਗੱਲ ਬਣ ਨਹੀਂ ਸਕਦਾ? ਇੱਕ ਪਾਸੇ ਤੇ ਤੁਸੀਂ ਕਹਿੰਦੇ ਸੰਵਿਧਾਨ ਦੇ ਵਿੱਚ ਆਵੋ, ਡੈਮੋਕ੍ਰੈਟਿਕ ਕੰਮ ਕਰੋ, ਜੇ ਕੋਈ ਕਰਦਾ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ? ਭਾਈ ਸਾਹਿਬ ਤੁਹਾਨੂੰ ਪਤਾ ਵੀ ਹੈ ਕੀ ਕਰਦਾ ਉਹ? ਨਹੀਂ ਦੱਸੋ ਕੀ ਗੱਲ, ਪਤਾ ਵੀ ਹੈ? ਦੱਸੋ ਕੀ ਗੱਲ, ਦੱਸੋ ਕੀ ਗੱਲ। ਸਾਡੇ ਪ੍ਰਵਾਸੀ ਭਾਈਚਾਰੇ ਦੇ ਲੋਕ ਮੂਰਤੀ ਵਿਸਰਜਨ ਕਰਨ ਲਈ ਇੱਕ ਨਹਿਰ ਦੇ ਵਿੱਚ ਜਾ ਰਹੇ ਸੀ, ਉੱਥੇ 25-30 ਗੁੰਡੇ ਲੈ ਗਏ, 10 ਬੰਦਿਆਂ ਨੂੰ ਥੱਪੜ ਮਾਰਤੇ ਉਹਨੇ। ਦੇਖੋ ਲੱਖਾ ਸਧਾਣਾ, ਜੇ ਉਹ ਤੁਹਾਡੇ ਅੰਗ ਵਿਚਰ ਸਕਦਾ, ਤੁਸੀਂ ਉਹ ਕਾਨੂੰਨ ਤੋੜ ਰਿਹਾ? ਬਿਲਕੁਲ ਤੋੜ ਰਿਹਾ, ਤੀਜੇ ਮਹੀਨੇ ਪਰਤਾ ਦਰਜ ਹੁੰਦਾ। ਨਹੀਂ ਸ਼ਿਕਾਇਤ ਕਰੋ ਫਿਰ ਉਹਦੀ, ਉਹਨੂੰ ਉਹ ਤੇ ਸ਼ਿਕਾਇਤ ਕਰ ਸਕਦੇ ਤੁਸੀਂ। ਜੇਲ੍ਹ ਤੇ ਜਾ ਕੇ ਦਾ ਜਮਾਨਤ ਤੇ ਆਇਆ, ਜੇਲ੍ਹ ਤੇ ਜਾ ਕੇ ਆਇਆ ਫਰੀਦਕੋਟ ਜੇਲ੍ਹ। ਲੱਖਾ ਲੱਖ ਦੇਖੋ, ਜੇ ਤੁਸੀਂ ਕਹਿੰਦੇ ਫਿਰ ਮੁਆਇਨਾ ਨੂੰ ਕੀਤਾ ਕਰਾਈਮ ਕਹਿੰਦੇ ਤੁਸੀਂ ਪੜਾਈ ਦਾ, ਤੁਸੀਂ ਪੜਾਈ ਦਾ ਕੰਮ ਕਰਦਾ, ਜੇ ਲੱਖਾ ਸਧਾਣਾ ਕਰਦਾ ਕਿਉਂ ਨਹੀਂ ਕਰ ਸਕਦਾ? ਮੈਂ ਮੇਰਾ ਸਵਾਲ ਤੇ ਆ, ਉਹ ਪੜਾਈ ਦਾ ਕੰਮ ਦੱਸੇ ਦਾ ਕੀ? ਇਹ ਪੜਾਈ ਦਾ ਕੰਮ ਆ ਗਰੀਬ ਬੰਦੇ ਨੂੰ ਕੁੱਟਣਾ? ਜੇ ਪੰਜਾਬੀ ਬੋਲੀ ਲਈ ਬੋਲਣਾ, ਜੇ ਪੰਜਾਬੀ ਦੇ ਹੱਕਾਂ ਦੇ ਪਾਣੀਆਂ ਦੇ ਗੱਲ ਕਰਨੀ ਆ, ਤੁਹਾਨੂੰ ਤੁਸੀਂ ਦੱਸੋ, ਤੁਸੀਂ ਪੰਜਾਬ ਚ ਰਹਿੰਦੇ ਆ, ਜਿਹੜਾ ਸਾਡਾ ਪਾਣੀ ਆ ਪੰਜਾਬ ਦਾ, ਇਹ ਬਾਹਰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਭਾਈ ਸਾਹਿਬ ਪਾਣੀ ਦੀ ਰੋਇਲਟੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ, ਸਾਰਾ ਕੁਝ ਠੀਕ ਹੈ, ਰਾਜ ਸੰਬੰਧ ਰੋਇਲਟੀ ਮਿਲਣੀ ਚਾਹੀਦੀ ਹੈ, ਪਰ ਉਹਦਾ ਇੱਕ ਤਰੀਕਾ ਇਹ ਗਲਤ ਥੋੜੀ ਆ। ਨਾਲ ਲੱਖਾਂ ਸਧਾਣਾ ਗਰੀਬ ਬੰਦੇ ਨੂੰ ਕੁੱਟਦਾ ਮਾਰਦਾ ਵੀ ਹੈ ਨਾ, ਉਹ ਵੀ ਦੇਖੋ ਨਾ। ਨਹੀਂ ਉਹ ਤੁਸੀਂ ਸ਼ਿਕਾਇਤ ਕਰੋ, ਦੱਸੋ ਸਰਕਾਰ ਕੀਤੀ ਹੈ ਫਿਰ, ਜਿਹੜੇ ਚੰਗੇ ਕੰਮ ਕਰਦਾ ਉਹਨੂੰ ਚੰਗਾ ਕਹੋ, ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਕਹੋ, ਇਹ ਥੋੜੀ ਤੁਸੀਂ ਕਮਾਲ ਕਰੀ ਜਾਂਦੇ ਹੋ। ਪਹਿਲਾਂ ਹਸਪਤਾਲ ਦੇ ਖਿਲਾਫ ਆਵਾਜ਼ ਚੱਕ ਦੋ, ਅੱਗੇ ਹਸਪਤਾਲ ਨੂੰ ਪੈਸੇ ਲੈ ਕੇ ਬਹਿ ਜਾਓ। ਨਹੀਂ ਜਿੱਦਾਂ ਤੁਸੀਂ ਕਿਹਾ, ਤੁਸੀਂ ਵੀ ਐਲੀਗੇਸ਼ਨ ਲਾਉਣੇ, ਕੋਈ ਪ੍ਰੂਫ ਦਿਓ। ਮਹਾਰਾਜ ਇੱਕ ਗੱਲ ਦੱਸੋ, ਅੱਜ ਮੈਂ ਤੁਹਾਡੇ ਚੈਨਲ ਦੇ ਖਿਲਾਫ ਬੋਲੀ ਜਾਵਾਂ, ਚੈਨਲ ਬੜਾ ਮਾੜਾ ਜੀ, ਕੱਲ ਨੂੰ ਲੱਗਿਆ ਲਗਾਈ ਠੀਕ ਆ ਜੀ, ਚੈਨਲ ਮਾੜਾ ਨੀ ਹੈ, ਇਹਦਾ ਮਤਲਬ ਕੀ ਹੈ ਜੀ?
ਜਿਹੜਾ ਚੈਨਲ ਆ, ਚੈਨਲ ਕੋਈ ਵੀ ਜਿੱਦਾਂ ਮੀਡੀਆ ਆ, ਉਹ ਮੀਡੀਆ ਦੀ ਗੱਲ ਕਰਦੇ ਆ, ਜਿਹੜੇ ਹੁਣ ਪੜ੍ਹਾਈ ਵੀ ਆ ਸਕੂਲਾਂ ਦੇ ਵਿੱਚ, ਜਾਂ ਜਿਹੜੇ ਪ੍ਰਾਈਵੇਟ ਸਕੂਲ ਆ, ਜਾਂ ਇਹੋ ਜਿਹੜੀਆਂ ਚੀਜ਼ਾਂ, ਜਾਂ ਪੰਜਾਬ ਆਰਥਿਕ ਤੌਰ ਤੇ ਬਹੁਤ ਪਿੱਛੇ ਜਾ ਰਿਹਾ, ਇਹਦੇ ਜੇ ਕੋਈ ਕੰਮ ਕਰਦਾ, ਜਾਂ ਚਲੋ ਆਪਾਂ ਐਗਜ਼ਾਮਪਲ ਤੁਹਾਡੀ ਵੀ ਲੈ ਲੈਂਦੇ ਹਾਂ, ਲੱਖੇ ਸਿਧਾਣੇ ਦੀ ਲੈ ਲੈਂਦੇ, ਜਿਹੜੇ ਹੋਰ ਵੀ ਕਰਦੇ ਆ, ਉਹ ਅਸੀਂ ਉਹ ਕਿੱਦਾਂ ਕਰਨ ਕੰਮ, ਕੀ ਕਰਨਾ ਚਾਹੀਦਾ ਉਹਨਾਂ ਨੂੰ? ਭਾਈ ਸਾਹਿਬ, ਇਹਨਾਂ ਦਾ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਜਿਹੜਾ ਮੇਰਾ ਇੰਟਰਵਿਊ ਲੈ ਰਹੇ ਹੋ, ਉਸ ਇੰਟਰਵਿਊ ਚ ਤੁਸੀਂ ਇਹੀ ਇਹੀ ਹੈ ਵੀ ਜਿਹੜੀ ਮੇਰੇ ਤੋਂ ਓਪੋਜ਼ਿਟ ਹੀ ਗੱਲ ਕਰਨੀ ਆ? ਦੇਖੋ, ਮੇਰਾ ਕੰਮ ਹੈ ਸਵਾਲ ਪੁੱਛਣਾ, ਮੈਂ ਤੁਹਾਡੇ ਓਪੋਜ਼ਿਟ ਨਹੀਂ, ਤੁਸੀਂ ਜਿਹੜਾ ਮੈਂ ਗੱਲ ਦਾ ਜਵਾਬ ਦੇ ਰਿਹਾ, ਤੁਸੀਂ ਤਾਂ ਉਲਟਾ ਹੀ ਮਤਲਬ ਕੱਢ ਰਹੇ ਹੋ, ਤੁਸੀਂ ਉਹਦੇ ਚੋਂ ਸਵਾਲ ਪੈਦਾ ਕਰ ਰਹੇ, ਮੈਂ ਤਾਂ ਕਰ ਰਿਹਾ ਉਹਦੇ ਚੋਂ, ਤੁਸੀਂ ਦੱਸੋ ਮੈਨੂੰ ਪੰਜਾਬ ਦੇ ਵਿੱਚ ਹੁਣ ਤੱਕ ਇੱਕ ਵੀ ਚੱਜ ਦਾ ਕੋਈ ਸਵਾਲ ਪੁੱਛਿਆ? ਦੱਸੋ ਕੀ, ਦੱਸੋ ਤੁਸੀਂ ਕੀ ਦੱਸਣਾ ਚਾਹੁੰਦੇ, ਖੁੱਲ ਕੇ ਦੱਸੋ ਕੀ ਦੱਸਣਾ ਚਾਹੁੰਦੇ ਤੁਸੀਂ? ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਮੈਨੂੰ ਕਹਿੰਦੇ ਵੀ ਇਹ ਸਿੱਖਾਂ ਦੇ ਖਿਲਾਫ ਆ, ਉਹ ਲੋਕ ਮੇਰੀ ਕੋਈ ਆਡੀਓ ਵੀਡੀਓ ਪ੍ਰੈਸ ਸਟੇਟਮੈਂਟ ਦਿਖਾ ਦੇਣ, ਠੀਕ ਹੈ? ਮੈਂ ਦੱਸਣਾ ਚਾਹੁੰਦਾ ਜਿੰਨਾ ਸ੍ਰੀ ਮਦ ਭਗਵਤ ਗੀਤਾ ਦਾ ਮੈਂ ਸਤਿਕਾਰ ਕਰਦਾ, ਉਨਾ ਹੀ ਸ੍ਰੀ ਗੁਰੂ ਪਵਿੱਤਰ ਸ੍ਰੀ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਾ, ਠੀਕ ਹੈ? ਜਦੋਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਾ ਆ, ਉਦੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦਾ ਆ, ਠੀਕ ਹੈ? ਇਹ ਚੀਜ਼ਾਂ ਦੱਸਣ ਦੀਆਂ ਨੀ ਹੁੰਦੀਆਂ ਵੈਸੇ, ਇਹ ਦੱਸਣ ਦੀਆਂ ਨੀ ਹੁੰਦੀਆਂ, ਠੀਕ ਹੈ? ਪਰ ਮੈਂ ਦੱਸਣਾ ਕਿਉਂ ਪੈ ਰਿਹਾ ਕਿ ਮੈਨੂੰ ਕਿਹਾ ਜਾਂਦਾ ਕਿ ਸਿੱਖਾਂ ਦੇ ਖਿਲਾਫ ਆ, ਸਿੱਖਾਂ ਦੇ ਖਿਲਾਫ ਆ, ਜੇ ਮੈਂ ਸਿੱਖਾਂ ਦੇ ਖਿਲਾਫ ਆ, ਪੜ੍ਹੇ ਲਿਖੇ ਆ ਸਰਦਾਰ ਕੀਰਤ ਸਿੰਘ ਮੋਹਾਲੀ PhD ਨੇ, ਸਿਮਸਨ ਹਿੰਦ ਦੇ ਰਾਸ਼ਟਰੀ ਬੁਲਾਰੇ ਨੇ, ਅਰਜਿੰਦਰ ਧਾਰੀਵਾਲ ਜੀ BA BEd ਨੇ, ਆ ਬੈਠੇ ਹੋਏ ਆ ਮੇਰੇ ਸਾਹਮਣੇ, ਉਹ ਸਿਮਸਨ ਹਿੰਦ ਚ ਨੇ, ਸਰਦਾਰ ਹਰਕੀਰਤ ਸਿੰਘ ਖਾਲਸਰਾਨਾ ਮੇਰੇ ਬਹੁਤ ਸਭ ਤੋਂ ਖਾਸ ਦੋਸਤ ਨੇ, ਸਰਦਾਰ ਗੁਰਸਿਮਰਤ ਸਿੰਘ ਮੰਡ ਲੁਧਿਆਣੇ ਤੋਂ ਕਾਂਗਰਸੀ ਆਗੂ ਨੇ, ਠੀਕ ਹੈ? ਉਹ ਵੀ ਤੁਹਾਡੇ ਨਾਲ ਆ? ਹਾਂ, ਦੋਸਤ ਆ ਮੇਰੇ, ਭਰਾ ਨੇ ਵੱਡੇ, ਨਹੀਂ ਮੇਰਾ ਮਤਲਬ ਉਹ ਤਾਂ ਤੁਹਾਡੀ ਪਾਰਟੀ ਦੇ ਵਿੱਚ ਵੀ ਹੈ ਜਾਂ ਨਹੀਂ? ਮੰਡ ਸਾਹਿਬ ਅਲੱਗ ਨੇ, ਠੀਕ ਹੈ, ਮੰਡ ਸਾਹਿਬ ਪਾਰਟੀ ਚ ਨਹੀਂ, ਦੋਸਤ ਨੇ, ਤੇ ਜੇ ਮੈਂ ਇੰਨਾ ਮਾੜਾ ਹੋਵਾਂ, ਮੈਂ ਸਿੱਖਾਂ ਦੇ ਖਿਲਾਫ ਹੋਵਾਂ, ਤਾਂ ਸਿੱਖ ਮੇਰੇ ਦੋਸਤ ਕਿਉਂ ਬਣਨ, ਮੇਰੀ ਪਾਰਟੀ ਚ ਕੰਮ ਕਿਉਂ ਕਰਨ? ਦੇਖੋ ਸ਼ਰਮਾ ਜੀ, ਸਾਡਾ ਮਕਸਦ ਇਹ ਆ ਕਿ ਜਿਹੜੀਆਂ ਪੰਜਾਬ ਲਈ ਅੱਗੇ ਵਧਣ ਵਾਸਤੇ ਗੱਲਾਂ ਕਰ ਸਕਦੇ ਹਾਂ, ਚਾਹੇ ਉਹ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਮੁਸਲਮਾਨ ਹੋਵੇ, ਉਹ ਗੱਲਾਂ ਕਰੋ ਤੁਸੀਂ, ਉਹ ਉਹਦੇ ਲਈ ਦੱਸੋ ਕੀ ਸੁਝਾਅ ਆ ਤੁਹਾਡੇ ਕੋਲ? ਸਾਨੂੰ ਆ ਬਾਹਰ ਬੈਠੇ ਜਿਹੜੇ ਲੋਕ ਆ, ਜੇ ਉਹ ਅਸੀਂ ਤੁਸੀਂ ਹੋਰ ਭਾਸ਼ਾ ਵਰਤਦੇ ਹਾਂ, ਅਸੀਂ ਮੀਡੀਆ 'ਚ ਕਹਿਣਾ ਚਾਹੁੰਦੇ ਹਾਂ, ਪੰਜਾਬ ਦਾ ਕੋਈ ਵੀ ਵਿਅਕਤੀ ਆ, ਚਾਹੇ ਉਹ ਕਿਤੇ ਵੀ ਰਹਿੰਦਾ ਆ, ਜੇ ਉਹ ਪੰਜਾਬ ਨਾਲ ਜੁੜਨਾ ਚਾਹੁੰਦਾ ਤਾਂ ਕੀ ਕਰੇ, ਕਿੱਦਾਂ ਅੱਗੇ ਵਧਿਆ ਜਾ ਸਕੇ, ਪੰਜਾਬ ਨੂੰ ਅੱਗੇ ਕਿੱਦਾਂ ਲਿਆਂਦਾ ਜਾ ਸਕੇ? ਜੇ ਪੰਜਾਬ ਨੂੰ ਅੱਗੇ ਵਧਾਉਣਾ ਨਾ, ਹਾਂ, ਜਿੰਨੇ NGO ਕੰਮ ਕਰ ਰਹੇ ਆ ਗਰੀਬ ਬੱਚਿਆਂ ਦੀ ਪੜ੍ਹਾਈ ਲਈ, ਅੱਛਾ, ਤੁਸੀਂ ਉਹਨਾਂ ਦੀ ਮਦਦ ਕਰੋ, ਨਾ ਕਿ ਫੰਡਿੰਗ 2020 ਫੰਡ ਵਾਲੇ ਪੰਨੂ ਵਰਗੇ ਨੂੰ ਕਰੋ, ਸਿਮਰਨਜੀਤ ਸਿੰਘ ਮਾਨ ਵਰਗੇ ਨੂੰ ਫੰਡਿੰਗ ਨਾ ਕਰੋ, ਜੇਲ੍ਹਾਂ 'ਚ ਬੈਠੇ ਅੱਤਵਾਦੀਆਂ ਦੀ ਫੰਡਿੰਗ ਨਾ ਕਰੋ, ਫੰਡਿੰਗ ਕਰਨੀ ਹੈ NRIs ਨੇ, ਜਿਹੜੇ ਗਰੀਬ ਬੱਚਿਆਂ ਦੀ ਸਕੂਲ ਖੁੱਲੇ ਉਹਨਾਂ ਦੀ ਫੰਡਿੰਗ ਕਰੋ, ਤਾਂ ਕਿ ਬੱਚੇ ਪੜ੍ਹ ਸਕਣਗੇ, ਅੱਗੇ ਵੱਧ ਸਕਣਗੇ। ਜੇ ਫੰਡਿੰਗ ਕਰਨੀ ਹੈ ਕੈਂਸਰ ਦੇ ਖਿਲਾਫ, ਕੈਂਸਰ ਦੇ ਬਿਮਾਰੀ ਖਤਮ ਕਰਨੀ, ਜਿਹੜੇ ਹੌਸਪੀਟਲ ਚੱਲ ਰਹੇ ਨੇ ਉਹਨਾਂ ਦੀ ਡੋਨੇਸ਼ਨ ਭੇਜੋ, ਇਹਨਾਂ ਅੱਤਵਾਦੀਆਂ ਨੂੰ ਡੋਨੇਸ਼ਨ ਨਾ ਦਿਓ, ਬਸ। ਉਹਨਾਂ ਨੇ ਆ ਕੇ ਉਹਨਾਂ ਦੀ ਮਦਦ ਕੀਤੀ ਜਾਂ ਨਹੀਂ ਕੀਤੀ?
ਬਿਲਕੁਲ ਕੀਤੀ, ਆਰਐਸਐਸ ਨੇ ਵੀ ਕੀਤੀ, ਉਹਨਾਂ ਨੇ ਵੀ ਕੀਤੀ ਆ। ਨਹੀਂ ਮੇਰਾ ਮਤਲਬ ਤੁਸੀਂ ਬਾਹਰਲੀਆਂ ਐਨਜੀਓ ਦੀ ਗੱਲ ਕੀਤੀ ਆ, ਉਹਦੇ ਚ ਖਾਲਸਾ ਏਡ ਵੀ ਆ ਜਾਂਦੀ ਆ, ਹੋਰ ਵੀ ਬਹੁਤ ਸੰਸਥਾਵਾਂ ਆ ਜਿਹਨਾਂ ਨੇ ਬਹੁਤ ਸਿੱਖ ਜਥੇਬੰਦੀਆਂ ਜਿਹੜੀਆਂ ਜਿਹਨਾਂ ਨੇ ਉੱਥੇ ਕੰਮ ਕੀਤਾ ਆ, ਤੇ ਅਸੀਂ ਬਿਲਕੁਲ ਕੀਤਾ ਜੀ। ਹਾਂ ਉਹ ਉਹ ਕੰਮ ਤੁਹਾਡੇ ਪਸੰਦ ਆ, ਉਹ ਠੀਕ ਆ, ਚਲਾਈ ਬਿਲਕੁਲ ਸਹੀ ਆ ਜੀ, ਠੀਕ ਆ। ਉਹਨਾਂ ਨੇ ਟਰੈਕਟਰ ਦਿੱਤੇ ਆ, ਕੁਛ ਪਿੰਡਾਂ ਚ ਮੱਝਾਂ ਤੱਕ ਦਿੱਤੀਆਂ ਖਰੀਦ ਕੇ ਉਹਨਾਂ ਨੇ, ਜਿਹੜੇ ਲੋਕਾਂ ਦੇ ਪਸ਼ੂ ਮਰ ਗਏ ਸੀਗੇ ਉਹਨਾਂ ਦਾ ਕੰਮ ਕੌਣ ਕਰ ਸਕਦਾ। ਨਹੀਂ ਜਿਹੜੀਆਂ ਹੋਰ ਵੀ ਸਿੱਖ ਜਥੇਬੰਦੀਆਂ ਇਕੱਲੇ ਜਿੱਦਾਂ ਖਾਲਸਾ ਏਡ ਦਾ ਤਾਂ ਮੈਂ ਨਾਂ ਲਿਆ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਦੋਂ ਚਾਹੇ ਉਹ ਜੰਮੂ ਕਸ਼ਮੀਰ 'ਚ ਆ ਜਾਂਦਾ, ਹੜ ਆ ਜਾਂਦਾ, ਚਾਹੇ ਉਹ ਆਪਣੇ ਦੇਸ਼ ਦੇ ਨੇਪਾਲ ਦੇ ਵਿੱਚ ਆ ਜਾਂਦਾ, ਗੁਆਂਢੀ ਦੇਸ਼ ਦੇ ਵਿੱਚ, ਉੱਥੇ ਜਾ ਕੇ ਵੀ ਕਰਦੀਆਂ। ਬਿਲਕੁਲ ਜੀ ਬਿਲਕੁਲ, ਹਾਂ ਕਰੀਬ ਦੇ ਕਾਬਲ ਨੇ ਜੀ। ਹਾਂ ਇਸ ਕਰਕੇ ਮਤਲਬ ਜਿਹੜੀ ਤੁਸੀਂ ਵੀ ਆ, ਜਿਹੜੀ ਹਿੰਦ ਸ਼ਿਵ ਸੈਨਾ ਆ, ਤੁਸੀਂ ਵੀ ਆਪਣੇ ਜਿੱਦਾਂ ਨਾਲ ਰਲ ਕੇ ਵੀ ਕੰਮ ਕਰ ਸਕਦੇ ਆ, ਸਾਂਝੇ ਰੂਪ ਵੀ ਕੀਤੇ ਜਾ ਸਕਦੇ। ਜਿੱਦਾਂ ਗੱਲ ਏਦਾਂ ਹੈ ਕਿ ਜਿਹੜੇ ਅਸੀਂ ਕੰਮ ਕਰਦੇ ਹਾਂ, ਦਾਨ ਜਿਹੜਾ ਹੁੰਦਾ ਆ, ਅਗਰ ਅਸੀਂ ਕੁਛ ਕਰਦੇ ਹਾਂ ਅਸੀਂ ਉਹਦੀ ਕੋਈ ਰੋਲਾ ਪਾਵਾਂਗੇ ਫਿਰ ਸਾਡਾ ਕੋਈ ਫਾਇਦਾ ਨਹੀਂ ਹੈ। ਸਾਡੀ ਸਮਰੱਥਾ ਆ, ਜਿੰਨੀ ਕੁ ਸਾਡੀ ਸਮਰੱਥਾ ਆ ਅਸੀਂ ਅਲੱਗ ਕਰਦੇ ਹਾਂ, ਠੀਕ ਆ। ਤੇ ਮੈਂ ਤੁਹਾਡੇ ਚੈਨਲ ਰਾਹੀਂ ਅਗਰ ਤੁਹਾਡੇ ਹੁਕਮ ਹੋਵੇ ਸਖਸ ਨੂੰ ਮਿਲਾਉਣਾ ਚਾਹੁੰਦਾ, ਰਾਮਪੁਰਾ ਫੂਲ ਤੋਂ ਨੇ, ਅੱਜ ਤੱਕ ਅੱਜ ਆਏ ਹੋਏ ਸਾਡੇ ਦਫ਼ਤਰ, ਸਾਡੇ ਸ਼ਿਵਸੈਨਾ ਦੇ ਮੈਂਬਰ ਨੇ, ਅੱਛਾ ਅੱਜ ਤੱਕ 8000 ਲਾਸ਼ਾਂ ਸੰਸਕਾਰ ਕਰ ਚੁੱਕੇ ਆ। ਅੱਛਾ ਉਹ ਜਿਹੜੀਆਂ ਨਹਿਰਾਂ ਦੇ ਵਿੱਚ ਲਵਾਰਸ ਲਾਸ਼ਾਂ ਆਉਂਦੀਆਂ ਨੇ ਉਹਨਾਂ ਨਿਸ਼ੁਲਕ ਕੱਢਦੇ ਆ, ਠੀਕ ਆ। 12000 ਮਰੀਜ਼ਾਂ ਨੂੰ ਨਿਸ਼ੁਲਕ ਹਸਪਤਾਲ, ਇਹਨਾਂ ਨੇ 5 ਐਂਬੂਲੈਂਸਾਂ ਪਾਈਆਂ ਹੋਈਆਂ ਨੇ, ਕੀ ਨਾਮ ਹੈ ਟਰਸਟ ਦਾ, ਟਰਸਟ ਦੇ ਸੰਦੀਪ ਵਰਮਾ ਜੀ ਨਾਮ ਆ, ਸੰਦੀਪ ਜੀ ਆਇਓ ਜਰਾ। ਹਾਂਜੀ ਇਦਾਂ ਪਿੱਛੇ ਆ ਜਾਣ, ਬਈ ਤਾਂ ਤੁਹਾਡੇ ਲਿੰਕ ਟੁੱਟੇ ਨੇ, ਪਿੱਛੇ ਗੱਲ ਕਰੀ ਜਾਓ, ਗੱਲ ਜਾਰੀ ਰੱਖੋ, ਨਾਲ ਗੱਲ ਨੀ ਟੁੱਟਣੀ ਚਾਹੀਦੀ। ਹਾਂਜੀ ਹਾਂਜੀ ਗੱਲ ਚੱਲ ਰਹੀ ਹੈ। ਹਾਂਜੀ ਤੇ ਉਹ ਪਿੱਛੇ ਆ ਜਾਣ, ਤੁਹਾਡੇ ਪਿੱਛੇ ਆ ਕੇ ਬਹਿ ਜਾਣ, ਕਿੱਥੋਂ ਜਿਹੜੀਆਂ ਲਵਾਰਸ ਲਾਸ਼ਾਂ ਕਿੱਥੋਂ ਆਉਂਦੀਆਂ, ਕੌਣ ਆ ਇਹ ਲੋਕ ਜਿਹੜੇ? ਇਹ ਰਾਮਪੁਰਾ ਫੂਲਪੁਰ ਰਹਿੰਦੇ ਆ, ਨਹਿਰ ਵਿੱਚ ਸਹਾਰਨਾ ਕਰ ਸਕਦੇ, ਕਰਨੀ ਵੀ ਚਾਹੀਦੀ ਹੈ ਜੇ ਲੋਕਾਂ ਦੀ ਲੋਕ ਭਲਾਈ ਕਰਦੇ, ਠੀਕ ਹੈ। ਥੱਲੇ ਕਰ ਲਓ ਹੁਣ ਆਪਣੇ ਚਿਹਰੇ ਤੋਂ, ਦੇਖ ਲਿਆ ਜੀ ਸਾਰਿਆਂ ਨੇ। ਹਾਂਜੀ ਧੰਨਵਾਦ। ਹਾਂਜੀ ਸ਼ਰਮਾ ਜੀ, ਹਾਂਜੀ 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 ਠੀਕ ਹੈ ਠੀਕ ਹੈ। ਹਾਂਜੀ ਤੁਸੀਂ ਸਾਨੂੰ ਉਦਾਂ ਵੀਡੀਓ ਭੇਜ ਦਿਓ, ਚਲਾ ਦਾਂਗੇ ਬਾਅਦ ਦੇ ਵਿੱਚ ਜੀ। ਧੰਨਵਾਦ। ਹਾਂਜੀ ਹਾਂਜੀ ਕੈਮਰਾ ਥੱਲੇ ਇਹ ਕਰ ਲਓ, ਫੋਨ ਥੱਲੇ ਕਰ ਲਓ, ਹੁਣ ਚਿਹਰਾ ਨਹੀਂ ਦਿਖਦਾ ਤੁਹਾਡਾ, ਮੇਰਾ ਤਾਂ ਦਿਖ ਰਿਹਾ ਜੀ। ਹਾਂਜੀ ਨਹੀਂ ਹੁਣ ਦੱਸ ਰਿਹਾ। ਹਾਂਜੀ ਤੇ ਚਲੋ ਆਪਾਂ ਹੁਣ ਜਿਹੜੀ ਕੇਰ ਜਿੱਦਾਂ ਆਪਾਂ ਗੱਲ ਕਰਦੇ ਹਾਂ ਦੇਸ਼ ਦੀ ਕਰਦੇ ਹਾਂ, ਆਪਣੀਆਂ ਆਪਾਂ ਸਾਰੀਆਂ ਜਿਹੜੀਆਂ ਕੰਟਰੋਵਰਸ਼ਲ ਗੱਲਾਂ ਉਹ ਕਰ ਲਈਆਂ, ਪਰ ਜਿਹੜੀ ਪੰਜਾਬ ਨੂੰ ਅੱਗੇ ਵਧਣ ਲਈ ਮੇਰਾ ਮਕਸਦ ਸਿਰ ਪ੍ਰੋਗਰਾਮ ਤੁਹਾਡੇ ਨਾਲ ਕਰਨਾ, ਕਿਉਂਕਿ ਤੁਹਾਡਾ ਈਮੇਲ ਆਇਆ ਸੀ ਵੀ ਤੁਸੀਂ ਜਿਹੜੀ ਮੇਰੀ ਵੀ ਇੰਟਰਵਿਊ ਕਰੋ, ਮੈਂ ਤੁਹਾਡੇ ਨਾਲ ਮੈਸੇਜ ਆਇਆ ਸੀਗਾ, ਤੇ ਉਦੋਂ ਬਾਅਦ ਮੈਂ ਤੁਹਾਡੇ ਨਾਲ ਸੰਪਰਕ ਕੀਤਾ, ਤੁਸੀਂ ਟਾਈਮ ਦਿੱਤਾ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ।
ਬਦਲੀਏ ਮੇਰਾ ਸਵਾਲ ਵੀ ਇਹੀ ਸੀਗਾ ਤੁਹਾਨੂੰ ਅਗਲਾ ਵੀ ਤੁਸੀਂ ਜਦੋਂ ਆਪਾਂ ਹੁਣ ਜਿੱਦਾਂ ਤੁਸੀਂ ਤੇ ਮੈਂ ਸਿੱਖ ਆ ਤੁਸੀਂ ਹਿੰਦੂ ਆ ਆਪਾਂ ਦੋਵੇਂ ਜਾਣੇ ਗੱਲ ਆਪਾਂ ਦੋਨੇ ਜਾਣੇ ਮੈਂ ਐਜ਼ ਏ ਪ੍ਰੈਜ਼ੈਂਟਰ ਐਜ਼ ਏ ਰਿਪੋਰਟਰ ਤੁਹਾਡੇ ਨਾਲ ਗੱਲ ਕਰ ਸਕਦਾ ਤੁਸੀਂ ਇੱਕ ਆਗੂ ਹਿੰਦੂ ਆਗੂ ਹੋਣ ਦੇ ਨਾਤੇ ਮੇਰੇ ਨਾਲ ਗੱਲ ਕਰ ਸਕਦਾ ਤੇ ਬਾਕੀ ਦੇ ਨਾਲ ਕਿਉਂ ਨੀ ਗੱਲ ਹੋ ਸਕਦੀ ਹੋਰਾਂ ਨਾਲ ਕਿਉਂ ਨੀ ਗੱਲ ਹੋ ਸਕਦੀ ਇਸੇ ਤਰੀਕੇ ਨਾਲ ਦੇਖੋ ਜੀ ਮੈਂ ਕੀ ਕਹਿ ਰਿਹਾ ਕਿ ਜਿਹੜੀ ਹੁਣ ਸਾਡੀ ਗੱਲ ਹੋ ਰਹੀ ਹੈ ਨਾ ਹਾਂ ਇਹਦੇ ਥੱਲੇ ਕਮੈਂਟਸ ਚੱਲ ਰਹੇ ਹੋਣੇ ਆ ਜਿਹੜੇ ਕਿ ਖਾਲਿਸਤਾਨ ਨੂੰ ਪਸੰਦ ਕਰਦੇ ਆ ਦੇਖੋ ਕੋਈ ਪਸੰਦ ਕਰਦਾ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਪਰ ਤੁਸੀਂ ਉਹ ਗੱਲ ਫੇਰ ਹੋਰ ਪਾਸੇ ਨੂੰ ਲੈ ਜਾਣੀ ਹੈ ਜੇ ਕੋਈ ਪਸੰਦ ਕਰਦਾ ਉਹ ਵੀ ਪੰਜਾਬ ਚੋ ਗਏ ਆ ਉਹਨਾਂ ਨੂੰ ਵਾਪਸ ਕਿੱਦਾਂ ਪੰਜਾਬ ਨਾਲ ਜੋੜਨਾ ਕਿੱਦਾਂ ਆ ਫੇਰ ਉਹਨਾਂ ਨੂੰ ਸੂਰੀ ਸਾਹਿਬ ਦੀ ਮਾਂ ਭੈਣ ਤੁਹਾਡੀ ਮਾਂ ਭੈਣ ਸਾਂਝੀ ਨੀ ਹੈ ਨਹੀਂ ਮੈਂ ਦੇਖੋ ਮੈਂ ਕਿਸੇ ਦੀ ਧੀ ਭੈਣ ਲਈ ਜਾਂ ਮੈਂ ਨੀ ਕਹਿ ਸਕਦਾ ਮੈਂ ਜੇ ਰਿਪੋਰਟਰ ਕਿਸੇ ਨੂੰ ਵੀ ਨੀ ਕਹਿੰਦਾ ਮੈਂ ਤੁਹਾਨੂੰ ਵੀ ਨੀ ਕਹਿੰਦਾ ਪਰ ਜੇ ਕੋਈ ਕੋਈ ਕਰਦਾ ਹੈ ਉਹ ਕਿਉਂ ਕਰਦਾ ਤੁਸੀਂ ਕਹਿੰਦੇ ਜੇ ਮੈਨੂੰ ਕੋਈ ਕਰੂਗਾ ਤੇ ਮੈਂ ਵੀ ਕਰੂੰਗਾ ਮੈਂ ਗੱਲ ਕਰਦਾ ਖਾਤਮਾ ਕਿੱਦਾਂ ਹੋਊਗਾ ਇਸ ਗੱਲ ਨੂੰ ਖਤਮ ਕਿੱਦਾਂ ਕੀਤਾ ਜੀ ਖਾਤਮਾ ਇਸ ਤਰੀਕੇ ਦਾ ਹੋਣਾ ਜੀ ਬਲਵੰਤ ਸਿੰਘ ਰਾਜੋਆਣਾ ਜਿਹੜਾ ਹੈਗਾ ਜਿਹਨੂੰ ਫਾਂਸੀ ਸਜ਼ਾ ਮਿਲੀ ਹੋਈ ਆ ਉਹਨੂੰ ਹੋਏ ਫਾਂਸੀ ਸਵੇਰੇ ਜਦੋਂ ਅੱਤਵਾਦੀਆਂ ਨੂੰ ਫਾਂਸੀ ਮਿਲਣੀ ਸ਼ੁਰੂ ਹੋ ਜਾਏਗੀ ਸੁਣੋ ਫਿਰ ਨਵੇਂ ਅੱਤਵਾਦੀ ਬਣਨੇ ਬੰਦ ਹੋ ਜਾਣਗੇ ਜੇ ਪਤਾ ਲੱਗਿਆ ਫਾਂਸੀ ਮਿਲਦੀ ਆ ਤੁਸੀਂ ਰੱਖ ਸਕਦੇ ਜਿਹੜੀ ਤੁਹਾਡੀ ਆਪਣੀ ਭਾਵਨਾ ਤੁਸੀਂ ਰੱਖੀ ਜਾਓ ਅਸੀਂ ਅਸੀਂ ਸੁਣ ਤਾਂ ਲੋ ਸੁਪਰੀਮ ਕੋਰਟ ਨੇ ਫਾਂਸੀ ਸਜ਼ਾ ਦਿੱਤੀ ਹੋਈ ਆ ਠੀਕ ਆ ਅਸੀਂ ਕੋਲੋਂ ਨੀ ਕਰ ਰਹੇ ਹਾਂ ਮੈਂ ਪਿਓੜੇ ਬਾਰੇ ਨੀ ਕਹਿ ਰਿਹਾ ਮੈਂ ਗੁਰਮੀਤ ਸਿੰਘ ਇੰਜੀਨੀਅਰ ਬਾਰੇ ਨੀ ਕਹਿ ਰਿਹਾ ਮੈਂ ਸ਼ਮਸ਼ੇਰ ਸਿੰਘ ਖੇੜਾ ਬੇਅੰਤ ਕਾਂਡ ਬਾਰੇ ਨੀ ਕਹਿ ਰਿਹਾ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਸਜ਼ਾ ਹੋਈ ਹੋਈ ਹੈ ਹੋਈ ਹੈ ਬਹੁਤ ਜਲਦ ਮੈਂ ਇਸ ਚੈਨਲ ਰਾਹੀਂ ਐਲਾਨ ਕਰਦਾ ਬਹੁਤ ਜਲਦ ਉਹਨੂੰ ਫਾਂਸੀ ਦੀ ਸਜ਼ਾ ਮਿਲੇ ਨੰਬਰ ਇੱਕ ਪਟਿਆਲਾ ਦੀ ਜੇਲ੍ਹ ਦੇ ਵਿੱਚੋਂ ਇਨਾਮ ਮਜ਼ੇ ਲੁੱਟ ਰਿਹਾ ਉਹਨੂੰ ਬੜੈਲ ਜੇਲ੍ਹ ਸ਼ਿਫਟ ਕਰਨ ਬਾਰੇ ਬਹੁਤ ਜਲਦ ਸ਼ਿਫਟ ਹੋਣਾ ਇਸ ਦੇ ਨੁਮਾਇੰਦੇ ਪੁੱਕੜਤਾਲ ਦੇ ਬੈਠਣਗੇ ਇਸ ਚੈਨਲ ਰਾਹੀਂ ਮੈਂ ਐਲਾਨ ਕਰਦਾ ਠੀਕ ਹੈ ਬੜੈਲ ਜੇਲ੍ਹ ਜਾਵੇ ਜਿੱਥੇ ਕੋਈ ਮੋਬਾਈਲ ਨੀ ਚੱਲਦਾ ਕੋਈ ਫੈਸਿਲਿਟੀ ਨੀ ਮਿਲਦੀ ਪਟਿਆਲਾ ਜੇਲ੍ਹ ਦਾ ਆਨੰਦ ਮਾਣ ਰਿਹਾ ਵੱਡੇ ਵੱਡੇ ਲੋਕ ਨੂੰ ਮਿਲਣ ਜਾਂਦੇ ਆ ਪਟਿਆਲਾ ਝੂਠ ਹੁੰਦਾ ਆ ਪਟਿਆਲਾ ਜੇਲ੍ਹ ਜਿਹੜੀ ਆ ਉਹ ਬਲਵੰਤ ਸਿੰਘ ਰਾਜੋਆਣੇ ਦੇ ਅੰਡਰ ਚੱਲਦੀ ਆ ਜਾਂ ਮੁੱਖ ਮੰਤਰੀ ਦੇ ਅੰਡਰ ਜਾਂ ਜੇਲ੍ਹਾਂ ਦੇ ਮੰਤਰੀ ਦੇ ਅੰਡਰ ਚੱਲਦੀ ਆ ਤੁਹਾਡੀ ਨੌਲੇਜ ਵਾਸਤੇ ਲਿਆ ਦਿੰਦਾ ਉੱਥੇ ਸੁਪਰਡੈਂਟ ਨੂੰ ਸਸਪੈਂਡ ਕੀਤਾ ਸਰਦਾਰ ਅਵਨੀਤ ਸਿੰਘ ਬਿੱਟੂ ਜੀ ਦੀ ਕੰਪਲੇਂਟ ਤੇ ਉਹ ਸਸਪੈਂਡ ਹੋਇਆ ਕਾਰਨ ਉੱਥੇ ਫੋਟੋ ਸ਼ੂਟ ਕਰਾਉਣ ਨੇ ਨਹੀਂ ਨਹੀਂ ਜੇ ਫੋਨ ਐਸਜੀਪੀਸੀ ਦੇ ਕੁਝ ਬੰਦੇ ਗਏ ਆ ਨਹੀਂ ਜੇ ਐਸਜੀਪੀਸੀ ਦੇ ਕੁਝ ਬੰਦੇ ਗਏ ਆ ਤੇ ਜੇਲ੍ਹ ਦੇ ਵਿੱਚ ਫੋਟੋ ਸ਼ੂਟ ਹੁੰਦਾ ਆ ਮੈਂ ਜੇ ਜੇ ਤੁਹਾਨੂੰ ਫੈਸਿਲਿਟੀ ਮਿਲ ਰਹੀ ਆ ਮੈਂ ਜਿਹੜੀ ਗੱਲ ਕਰ ਰਿਹਾ ਫੈਸਿਲਿਟੀ ਨਹੀਂ ਮਿਲਦੀ
ਨਹੀਂ ਜਿਹੜੀ ਜੇਲ੍ਹ ਆ ਨਾ ਤਾਂ ਤੁਹਾਡੇ ਅੰਡਰ ਆ ਨਾ ਮੇਰੇ ਆ, ਮੈਂ ਉਹ ਅੰਡਰ ਕਿਹਦੇ ਆ? ਜੇਲ੍ਹ ਜੇਲ੍ਹ ਦਾ ਪ੍ਰਸ਼ਾਸਨ ਕੌਣ ਚਲਾਉਂਦਾ? ਮੈਂ ਉਹੀ ਗੱਲ ਕਰ ਰਿਹਾ ਜੀ, ਉਸ ਸੁਪਰਡੈਂਟ ਤੇ ਸਸਪੈਂਡ ਕਰਤਾ ਗਿਆ, ਸਸਪੈਂਡ ਕਰਤਾ ਤੁਸੀਂ ਕਹਿੰਦੇ ਆ ਪਤਾ ਲੱਗ ਸਵਾਲ ਹੀ ਆ ਜਿਹੜੇ ਬਾਕੀ ਜੇਲ੍ਹਾਂ ਦੇ ਵਿੱਚ ਟੈਲੀਫੋਨ ਆ ਜਾਂ ਕੈਦੀਆਂ ਕੋਲ ਜਾਂ ਬਲਵੰਤ ਸਿੰਘ ਰਾਜੋ ਵਾਲੇ ਕੋਲ, ਜਗਤਾਰ ਸਿੰਘ ਹਵਾਲੇ ਕੋਲ ਜਾਂ ਕਿਸੇ ਕੋਲ ਵੀ, ਜੇ ਤੁਸੀਂ ਕਹਿੰਦੇ ਤੁਸੀਂ ਦੋਸ਼ ਲਾਉਂਦੇ ਆ, ਜੇ ਹੈਗੇ ਤਾਂ ਉਹਦਾ ਕਸੂਰਵਾਰ ਕੌਣ ਆ? ਮੈਂ ਤਾਂ ਹੀ ਤਾਂ ਕਹਿ ਰਿਹਾ ਜੀ, ਜਿਹੜੀਆਂ ਕੁਛ ਕਾਲੀਆਂ ਭੇਡਾਂ ਨੇ ਜਿਹੜੇ ਪੈਸੇ ਲੈ ਕੇ ਮੈਨੇਜਮੈਂਟ ਦਿੰਦੇ ਨੇ, ਉਹ ਬੰਦ ਹੋਵੇ ਇਹਨੂੰ ਬੜਾ ਜੇ ਨਹੀਂ, ਇਹ ਗੱਲ ਡਿਮੈਂਡ ਕਰਨੀ ਪਊਗੀ ਵੀ ਜਿਹੜਾ ਜੇਲ੍ਹਾਂ ਦਾ ਮੰਤਰੀ ਆ ਜਾਂ ਜਿਹੜਾ ਮੁੱਖ ਮੰਤਰੀ ਆ ਜਾਂ ਮੰਤਰੀ ਬਹੁਤ ਵਧੀਆ ਕੰਮ ਕਰ ਰਿਹਾ, ਕੁਛ ਲੋਕ ਅਗਰ ਮੰਤਰੀ ਮਾੜਾ ਕੰਮ ਕਰ ਰਿਹਾ ਹੁੰਦਾ ਤਾਂ ਮੰਤਰੀ ਸੁਪਰਡੈਂਟ ਨੂੰ ਸਸਪੈਂਡ ਨਾ ਕਰਦਾ। ਚਲੋ ਸੁਪਰਡੈਂਟ ਸਸਪੈਂਡ ਹੋ ਗਿਆ, ਇੱਕ ਹੋ ਗਿਆ, ਮੈਂ ਗੱਲ ਕਰਦਾ ਵੀ ਹਾਲੇ ਵੀ ਉੱਥੇ ਜੇਲ੍ਹਾਂ ਦੇ ਵਿੱਚ ਜਿਹੜੇ ਫੋਨ ਫੜੇ ਜਾ ਰਹੇ ਆ, ਲੋਕਾਂ ਦੇ ਕੋਲ ਫੋਨ ਆ, ਤੁਸੀਂ ਕਹਿੰਦੇ ਉਹਨਾਂ ਦੇ ਕੋਲ ਜਾਂਦੇ ਆ, ਤੇ ਇਹ ਇਹ ਰੋਕਣਾ ਤੁਹਾਡਾ ਤੇ ਮੇਰਾ ਕੰਮ ਹੈ? ਗੱਲ ਬਲਵੰਤ ਸਿੰਘ ਰਾਜੋਆਣੇ ਦੀ ਹੋ ਰਹੀ ਆ, ਬਲਵੰਤ ਸਿੰਘ ਰਾਜੋਆਣੇ ਨੂੰ ਇਸ ਚੈਨਲ ਰਾਹੀਂ ਮੈਂ ਐਲਾਨ ਕਰਦਾ, ਬੜਾ ਜੇਲ੍ਹ ਸ਼ਿਫਟ ਕਰਾਉਣ ਵਾਸਤੇ ਸਾਡੇ ਅਰਵਿੰਦ ਗੌਤਮ ਜੀ। ਤੁਸੀਂ ਦੇਖੋ ਤੁਹਾਡਾ ਹੱਕ ਆ, ਜੇ ਦੇਸ਼ ਦੇ ਵਿੱਚ ਤੁਸੀਂ ਕਿਹੜੀ ਮਰਜ਼ੀ ਮੰਗ ਰੱਖੋ, ਪਰ ਨਾ ਤਾਂ ਤੁਸੀਂ ਪੂਰੀ ਕਰਨੀ ਆ ਨਾ ਮੈਂ ਕਰਨੀ ਆ, ਕਰਨੀ ਤਾਂ ਪੂਰੀ ਕਰਾ ਕੇ ਹਟਾਂਗੇ, ਚਲੋ ਹੜਤਾਲ ਤੇ ਬੈਠਾਂਗੇ, ਪੂਰੀ ਕਰਾ ਕੇ ਹਟਾਂਗੇ, ਬਲਵੰਤ ਸਿੰਘ ਰਾਜੋਆਣੇ ਨੂੰ ਬੜੈਲ ਚ ਸ਼ਿਫਟ ਕਰਾਵਾਂਗੇ, ਔਰ ਜਲਦ ਤੋਂ ਜਲਦ ਫਾਂਸੀ ਸਜ਼ਾ ਮਿਲੇ ਇਹਦੇ ਵਾਸਤੇ ਹਸਤਾਕਸ਼ਰ ਅਭਿਆਨ ਸ਼ੁਰੂ ਕਰਾਂਗੇ। ਤੁਸੀਂ ਜੋ ਮਰਜ਼ੀ ਕਰੋ, 1 ਲੱਖ ਸਾਈਨ ਕਰਾਂਗੇ, ਅਸੀਂ ਰਾਸ਼ਟਰਪਤੀ ਸਾਹਿਬ ਨੂੰ ਭੇਜਾਂਗੇ। ਜੇ ਤੁਸੀਂ ਇਹ ਮੰਗ ਕਰ ਸਕਦੇ ਆ ਤਾਂ ਸਿੱਖ ਵੀ ਤੇ ਮੰਗ ਕਰ ਸਕਦੇ ਵੀ ਫਾਂਸੀ ਨਹੀਂ ਹੋਣੀ ਚਾਹੀਦੀ। ਮੈਂ ਗੱਲ ਕਰਦਾ ਫਾਂਸੀ ਦੀ ਸਜ਼ਾ ਦਿੱਤੀ, ਫਾਂਸੀ ਦਿੱਤੀ ਤੇ ਨਹੀਂ ਹਲੇ, ਫਾਂਸੀ ਦੀ ਫਾਂਸੀ ਦਾ ਨਿਰਭਯਾ ਜਿਹੜਾ ਨਿਰਭਯਾ ਕੇਸ ਹੋਇਆ ਆ ਉਹਦੇ ਚ ਉਹ ਕਦੋਂ ਐਲਾਨ ਹੋ ਕੇ ਉਹਨਾਂ ਨੂੰ ਨੀ ਦਿੱਤੀ, ਉਹਨਾਂ ਦੀ ਕਾਹਦੇ ਲਈ ਤੁਸੀਂ ਮੰਗ ਕਰਦੇ? ਉਹਨਾਂ ਦੀ ਕਮਾਲ ਕਰੀ ਜਾਂਦੇ ਤੁਸੀਂ, ਜਿਹੜਾ ਪ੍ਰਸ਼ਾਸਨ ਆ ਜਿਹੜਾ ਕੋਈ ਦੇਸ਼ ਚਲਾਉਂਦਾ ਉਹਨਾਂ ਦੇ ਹੱਥ ਵਸ ਆ, ਨਾ ਕਿ ਉਹ ਤੁਸੀਂ ਮੰਗ ਕੋਈ ਵੀ ਰੱਖ ਸਕਦੇ ਆ, ਤੁਹਾਡਾ ਹੱਕ ਆ ਜਿਹੜਾ ਦੇਸ਼ ਦੇ ਵਿੱਚ। ਸਰਕਾਰ ਜੀ ਸੁਪਰੀਮ ਕੋਰਟ ਦੇ ਉੱਪਰ ਕੋਈ ਅਦਾਲਤ ਨਹੀਂ ਹੈ, ਕੋਈ ਬੰਦਾ ਨਹੀਂ ਹੈ, ਠੀਕ ਹੈ, ਸੁਪਰੀਮ ਕੋਰਟ ਨੇ ਫਾਂਸੀ ਸਜ਼ਾ ਦਿੱਤੀ ਆ, ਕਿਉਂ ਨਹੀਂ ਹੋ ਰਹੀ ਫਾਂਸੀ? ਸਾਡਾ ਸਿਸਟਮ ਢਿੱਲਾ, ਸਾਡਾ ਸਿਸਟਮ ਢਿੱਲਾ ਆ, ਥੋੜਾ ਡਿਲੇ ਹੋ ਰਿਹਾ, ਅਸੀਂ ਉਹ ਤੇਜ਼ ਕਰਾਉਣ ਲਈ ਪੁੱਕੜ ਢਾਲ ਦੇ ਬੈਠਾਂਗੇ, 1 ਲੱਖ ਬੰਦੇ ਦੇ ਸਾਈਨ ਕਰਾ ਕੇ ਰਾਸ਼ਟਰਪਤੀ ਸਾਹਿਬ ਨੂੰ ਭੇਜਾਂਗੇ। ਠੀਕ ਹੈ, ਚਲੋ ਮੈਂ ਮੇਰਾ ਤੁਸੀਂ ਕਿਉਂਕਿ ਚਲੋ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਖੇੜੀ ਸੀ, ਪਰ ਮੇਰਾ ਤਾਂ ਮਕਸਦ ਇਹ ਸੀਗਾ ਵੀ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਆਪਸੀ ਜਿਹੜਾ ਪ੍ਰੇਮ ਪਿਆਰ ਵਧੇ ਤੇ ਵੱਧ ਤੋਂ ਵੱਧ ਜਿਹੜਾ ਪੰਜਾਬ ਨੂੰ ਅੱਗੇ ਲਿਜਾਣ ਲਈ ਕੋਈ ਜਿਹੜੀਆਂ ਬਾਕੀ ਕਿਸੇ ਚ ਹੋਰ ਆ, ਜਿਹੜੇ ਬੰਦੇ ਮੇਰੀ ਇਸ ਗੱਲ ਤੋਂ ਪਸੰਦ ਕਰਦੇ ਆ ਕਿ ਰਾਜੋਆਣੇ ਨੂੰ ਫਾਂਸੀ ਹੋਣੀ ਚਾਹੀਦੀ ਆ, ਮੇਰਾ ਮੋਬਾਈਲ ਨੰਬਰ ਆ 99-151-51-401 ਤੇ ਮੈਨੂੰ ਆ ਨਹੀਂ ਦੱਸਣ ਕਿ ਰਾਜੋਆਣੇ ਨੂੰ ਫਾਂਸੀ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ।
ਤੇ ਨਾਲ ਇਹ ਵੀ ਦੱਸਦੇ ਵੀ ਜਿਹੜੇ ਨਹੀਂ ਪਸੰਦ ਕਰਦੇ ਉਹ ਵੀ ਤੁਹਾਨੂੰ ਲਿਖ ਕੇ ਭੇਜ ਸਕਦੇ ਕਿ ਨਹੀਂ ਭੇਜ ਸਕਦੇ? ਬਿਲਕੁਲ ਬਿਲਕੁਲ ਲਿਖ ਕੇ ਭੇਜ ਸਕਦੇ ਆ। ਠੀਕ ਹੈ, ਚਲੋ ਕੋਈ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਵਿਦੇਸ਼ਾਂ ਦੇ ਵਿੱਚ ਬਹਿੰਦੇ ਰਹਿੰਦੇ ਪੰਜਾਬ ਦੇ ਭਾਈਚਾਰੇ ਨੂੰ ਸਿੱਖਾਂ ਨੂੰ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਉਹ ਪੰਜਾਬ ਦੇ ਕੀ ਕਰਨ, ਉਹ ਉਸ ਗੱਲ 'ਤੇ ਆਵੋ। ਪੰਜਾਬ ਲਈ ਸ਼ਾਂਤੀ ਲਈ ਕੰਮ ਕਰੋ। ਜਿਹੜਾ ਕੋਈ ਖਾਲਿਸਤਾਨ ਦੀ ਗੱਲ ਕਰੇ, ਜਿਹੜਾ ਕੋਈ ISI ਦੀ ਹੱਕ ਦੀ ਗੱਲ ਕਰੇ, ISI ਦਾ ਸਮਰਥਕ ਮੇਰੇ, ਉਹਦੇ ਜੁੱਤੀਆਂ ਮਾਰੋ। ਜੈ ਸ਼੍ਰੀ ਰਾਮ, ਜੈ ਮਾਂ ਕਾਲੀ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਫਤਿਹ। ਧੰਨਵਾਦ ਜੀ ਬਹੁਤ ਸ਼ਰਮਾ ਜੀ, ਤੁਸੀਂ ਆਪਣਾ ਟਾਈਮ ਦਿੱਤਾ ਤੇ ਫਿਰ ਵੀ ਕਿਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ, ਮਿਹਰਬਾਨੀ ਜੀ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਨਿਸ਼ਾਂਤ ਸ਼ਰਮਾ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਅਤੇ ਉਹਨਾਂ ਦੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਆ। ਫੈਸਲਾ ਤੁਸੀਂ ਕਰਨਾ, ਲੋਕਾਂ ਦੀ ਕਚਹਿਰੀ ਦੇ ਵਿੱਚ ਸਾਡਾ ਕੰਮ ਆ ਕੇ ਜਿਹੜੀ ਗੱਲਬਾਤ ਰੱਖ ਦੇਣੀ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।